ਡਾਕਟਰ ਸਾਹਿਬ ਦੇ ਨਾਲ ਅਸੀਂ ਪੰਜਾਬ ਦੀ ਤਾਰੀਖ 'ਤੇ ਗੱਲਬਾਤ ਸ਼ੁਰੂ ਕੀਤੀ ਸੀ ਔਰ ਵਿੱਚ ਰੁਕ ਗਿਆ। ਉਹਦੀ ਵਜ੍ਹਾ ਹੈ ਕਿ ਸਾਨੂੰ ਲੱਗ ਰਿਹਾ ਸੀ ਕਿ ਕੁਝ ਚੀਜ਼ਾਂ ਨੇ ਜਿਹੜੀ ਪੜ੍ਹਨ ਦੀ ਲੋੜ ਹੈ, ਉਹਦੇ 'ਚ ਮੈਂ ਪੜ੍ਹਦਾ ਰਿਹਾ ਔਰ ਡਾਕਟਰ ਸਾਹਿਬ ਲਿਖਦੇ ਰਹੇ ਨੇ ਅਤੇ ਡਾਕਟਰ ਸਾਹਿਬ ਦੀ ਨਵੀਂ ਕਿਤਾਬ ਵੀ ਇਹਦੇ 'ਤੇ ਆ ਰਹੀ ਹੈ, ਉਹਦੇ 'ਤੇ ਅਸੀਂ ਗੱਲ ਕਰਨੇ ਹਾਂ ਔਰ ਦੁਬਾਰਾ ਜੋੜਨੇ ਹਾਂ ਸਿਲਸਿਲੇ ਨੂੰ ਕਿ ਪੰਜਾਬ ਦੀ ਜਿਹੜੀ ਤਾਰੀਖ ਹੈ ਅਤੇ ਜੋ ਲਿਖਿਆ ਗਿਆ ਹੈ ਔਰ ਬਹੁਤ ਸਾਰੇ ਲੋਕਾਂ ਨੇ ਲਿਖਿਆ, ਖਾਸ ਤੌਰ 'ਤੇ ਵੈਸਟਰਨਸ ਨੇ ਬਹੁਤ ਅੱਛਾ ਲਿਖਿਆ ਔਰ ਰਿਸਰਚ ਕਰਕੇ ਲਿਖਿਆ ਔਰ ਫਿਰ ਕੋਈ ਲੋਕਲ ਵੀ ਨੇ ਜਿਨ੍ਹਾਂ ਨੇ ਲਿਖਿਆ, ਤੁਸੀਂ ਕਿਉਂ ਲਿਖਿਆ? ਦੇਖੋ ਜੀ, ਉਹ ਜਦੋਂ ਪਹਿਲੇ ਅਸੀਂ ਸਿਲਸਿਲਾ ਸ਼ੁਰੂ ਕੀਤਾ ਸੀ ਨਾ, ਤਾਂ ਉਹ ਦੋ ਕਿਸ਼ਤਾਂ ਕਰਨ ਤੋਂ ਬਾਅਦ ਮੈਨੂੰ ਲੱਗਾ ਕਿ ਪੂਰੀ ਗੱਲ ਜਿਹੜੀ ਹੈ ਨਾ ਉਹ ਸਾਡੇ ਗ੍ਰੈਸਪ 'ਚ ਨਹੀਂ ਹੈ ਜੀ। ਇਸ ਵਾਸਤੇ ਇਸ 'ਤੇ ਹੋਰ ਬਹੁਤ ਸਾਰੇ ਕਾਰਡ ਦੀ ਲੋੜ ਹੈ। ਅਤੇ ਫਿਰ ਉਹ 4-5-6 ਮਹੀਨੇ ਜਿਹੜੀ ਹੈ ਉਸ ਕਾਰਡ ਦੇ ਉੱਤੇ ਲੱਗੇ, ਅਤੇ ਉਹ ਕਿਤਾਬ ਜਿਹੜੀ ਹੈ ਪੰਜਾਬ ਦੀ ਲੋਕ ਤਾਰੀਖ ਜਿਹੜੀ ਹੈ ਉਹ ਮੇਰੇ ਖਿਆਲ ਅਗਲੇ ਹਫ਼ਤੇ ਛਪ ਜਾਏਗੀ। ਅਤੇ ਜਿੱਥੋਂ ਤੱਕ ਤੁਸੀਂ ਤੁਹਾਡਾ ਇਹ ਸਵਾਲ ਹੈ, ਇਹਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਲੋਕ ਹਿੰਦੁਸਤਾਨ ਦੀ ਏਨਸ਼ੰਟ ਹਿਸਟਰੀ ਜਾਂ ਕਦੀਮ ਤਾਰੀਖ ਦੀ ਗੱਲ ਕਰ ਰਹੇ ਹੁੰਦੇ ਨੇ, ਤਾਂ ਅਸਲ ਦੇ ਵਿੱਚ ਉਹ ਪੰਜਾਬ ਦੀ ਤਾਰੀਖ ਹੈ, ਕਿਉਂਕਿ ਪੰਜਾਬ ਹਿੰਦੁਸਤਾਨ ਸੀ, ਪੰਜਾਬ ਹੀ ਬੇਸਿਕਲੀ ਹਿੰਦੁਸਤਾਨ ਸੀ। ਔਰ ਵਜ੍ਹਾ ਉਹਦੀ ਇਹ ਸੀਗੀ ਬੁਨਿਆਦੀ, ਜਿਹੜੀ ਅਸੀਂ ਸ਼ਾਇਦ ਪਹਿਲੇ ਵੀ ਗੱਲ ਕਹਿ ਚੁੱਕੇ ਹਾਂ ਕਿ ਜਿੰਨਾ ਚਿਰ ਤੱਕ ਲੋਹਾ ਇਜਾਦ ਨਹੀਂ ਸੀ ਹੋਇਆ ਉਨ੍ਹਾਂ ਚਿਰ ਤੱਕ ਜਿਹੜੀ ਆਬਾਦੀ ਔਰ ਜਿਹੜੀ ਕਾਸ਼ਤਕਾਰੀ ਜਿਹੜੀ ਸੀਗੀ ਉਹ ਸਿਰਫ ਇੰਡਸ ਸਿਵਲਾਈਜੇਸ਼ਨ ਦੇ ਵਿੱਚ, ਇੰਡਸ ਦੇ ਜਿਹੜੇ ਦਰਿਆ ਸਨ ਇਹਨਾਂ ਦੇ ਕਿਨਾਰੇ ਮੁਮਕਿਨ ਸੀ, ਕਿਉਂਕਿ ਇੱਥੇ ਜੰਗਲ ਜਿਹੜੇ ਨੇ ਉਹ ਛੋਟੇ ਛੋਟੇ ਸਨ ਜਿਨ੍ਹਾਂ ਨੂੰ ਹੱਥਾਂ ਨਾਲ ਜਾਂ ਪੱਥਰਾਂ ਦੇ ਨਾਲ ਜਿਹੜਾ ਨਾ ਜਾਂ ਤਾਂਬੇ ਦੇ ਪਾਣੀ ਤੱਕ ਐਕਸੈਸ ਵੀ ਸੀ, ਪਾਣੀ ਤੱਕ ਐਕਸੈਸ ਵੀ ਸੀ ਅਤੇ ਸਾਰਾ ਕੁਛ ਸੀ। ਔਰ ਗੰਗਾ ਜਮਨਾ ਔਰ ਉੱਧਰ ਜਿਹੜਾ ਸੀ ਉੱਥੇ ਬਹੁਤ ਘਨੇ ਜੰਗਲ ਸਨ, ਇਸ ਲਈ ਉੱਥੇ ਆਬਾਦੀ ਨਹੀਂ ਸੀ ਹੋ ਸਕਦੀ ਉਨ੍ਹਾਂ ਚਿਰ ਤੱਕ ਜਿੰਨਾ ਚਿਰ ਤੱਕ ਲੋਹਾ ਇਜਾਦ ਨਾ ਹੋਵੇ। ਅੱਛਾ, ਅਤੇ ਇਸ ਵਾਸਤੇ ਜਿਹੜੀ ਜਦੋਂ ਅਸੀਂ ਹਿੰਦੁਸਤਾਨ ਦੀ ਕਦੀਮ ਤਾਰੀਖ ਦੀ ਗੱਲ ਕਰਦੇ ਹਾਂ ਤਾਂ ਅਸੀਂ ਬੁਨਿਆਦੀ ਤੌਰ ਦੇ ਉੱਤੇ ਪੰਜਾਬ ਦੀ ਤਾਰੀਖ ਦੀ ਗੱਲ ਕਰ ਰਹੇ ਹੁੰਦੇ। ਠੀਕ ਹੈ, ਇਹ ਤੁਹਾਡਾ ਮਤਲਬ ਹੈ ਕੁਸੰਬੀ ਵਗੈਰਾ ਨੇ ਜੋ ਲਿਖਿਆ ਹੈ ਉਹ ਜਦੋਂ ਏਨਸ਼ੀਅੰਟ ਇੰਡੀਆ ਦੇ ਬਾਰੇ ਲਿਖਿਆ ਹੈ ਤਾਂ ਬੇਸਿਕਲੀ ਉਹ ਏਨਸ਼ੀਅੰਟ ਪੰਜਾਬ ਬਾਰੇ ਲਿਖ ਰਹੇ ਨੇ, ਬੇਸਿਕਲੀ ਏਨਸ਼ੀਅੰਟ ਪੰਜਾਬ ਬਾਰੇ ਹੀ ਲਿਖਿਆ ਜਾ ਰਿਹਾ, ਕਿਉਂਕਿ ਅੱਛਾ ਹੁਣ ਮੈਂ ਇਹਦੇ 'ਤੇ ਜਦੋਂ ਆਪਣੀ ਜਿਸ ਗੱਲ ਦੇ ਉੱਤੇ ਮੈਂ ਕਿਉਂ ਤਾਰੀਖ ਲਿਖੀ ਹੈ ਔਰ ਅਸੀਂ ਤਾਰੀਖ 'ਤੇ ਹੋਰ ਤਰ੍ਹਾਂ ਗੱਲ ਕਿਉਂ ਕਰਨਾ ਚਾਹੁੰਦੇ ਹਾਂ, ਇਸ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੀ ਹਿੰਦੁਸਤਾਨ ਜਿਹੜੀ ਪੰਜਾਬ ਦੀ ਤਾਰੀਖ ਹੈ ਨਾ ਉਹਦੇ ਲਿਖਣ ਦੇ 2-3 ਮਰਹਲੇ ਆਏ ਨੇ। ਪਹਿਲਾ ਮਰਹਲਾ ਤਾਂ ਇਹ ਸੀ ਜਿਹੜਾ ਕਿ ਹੜੱਪਾ ਦੀ ਖੁਦਾਈਆਂ ਤੋਂ ਪਹਿਲੇ ਸੀ। ਠੀਕ ਹੈ, ਜਿੰਨਾ ਚਿਰ ਤੱਕ 1921 ਜਾਂ 1923 ਵਿੱਚ ਹੜੱਪਾ ਦੀਆਂ ਖੁਦਾਈਆਂ ਨਹੀਂ ਹੋਈਆਂ ਉਸ ਵੇਲੇ ਤੱਕ ਜਿਹੜੀ ਤਹਿਜ਼ੀਬ ਹੈ, ਸਿਵਲਾਈਜੇਸ਼ਨ ਹੈ ਜਾਂ ਵਸੋਂ ਹੈ ਉਹਦੀ ਬਾਰੇ ਦੇ ਵਿੱਚ ਉਹ ਕਿਵੇਂ ਸ਼ੁਰੂ ਹੋਈ, ਉਹ ਕਿਹੜੇ ਕਿਹੜੇ ਮਰਹਲ ਤੋਂ ਗੁਜ਼ਰੀ, ਇਹਦਾ ਅੰਦਾਜ਼ਾ ਜਿਹੜਾ ਇਹ ਵੇਦਾਂ ਤੋਂ ਲਾਇਆ ਜਾਂਦਾ, ਲਿਟਰੇਚਰ ਤੋਂ ਲੱਗ ਰਿਹਾ ਜੋ ਲਿਖਿਆ ਗਿਆ, ਲਿਟਰੇਚਰ ਤੋਂ ਲਿਖਿਆ ਜੋ ਹੈਗਾ ਸੀ ਉਹ ਵੇਦ ਸਨ। ਠੀਕ ਹੈ, ਅਤੇ ਵੇਦਾਂ ਤੋਂ ਉਹਦਾ ਅੰਦਾਜ਼ਾ ਲਾਇਆ ਜਾਂਦਾ ਸੀ ਔਰ ਜਿਵੇਂ ਵੇਦ ਉਹਦੀ ਜਿਹੜੀ ਆਪਣਾ ਮੈਟਾਫਿਜ਼ੀਕਲ ਜਿਵੇਂ ਕਰਦੇ ਨੇ ਤਸ਼ਰੀਹ, ਜਿਵੇਂ ਅਸੀਂ ਵੀ ਕਰਨੇ ਆ ਕਿ ਜੀ ਆਦਮ ਪੈਦਾ ਹੋਇਆ ਅਤੇ ਫਿਰ ਇਸ ਤਰ੍ਹਾਂ ਹੋਇਆ ਅਤੇ ਇਸ ਤਰ੍ਹਾਂ ਹੋਇਆ, ਕਿਉਂਕਿ ਉਹ ਥੋੜ੍ਹਾ ਫਿਕਸ਼ਨ ਵੀ ਹੋਏਗਾ ਨਾ ਵੇਦ ਵਿੱਚ, ਥੋੜ੍ਹਾ ਫਿਕਸ਼ਨ ਹੈ ਨਾ, ਉਹ ਸਾਰਾ ਫਿਕਸ਼ਨ ਹੈ ਤਾਂ ਉਹ ਫਿਕਸ਼ਨ ਜਿਹੜਾ ਸੀ ਉਹਦੇ ਥਰੂ ਜਿਹੜਾ ਉਹ ਸੋ ਫਿਜ਼ੀਕਲ ਐਵੀਡੈਂਸ ਉਦੋਂ ਆਇਆ ਜਦੋਂ ਖੁਦਾਈ ਹੋਈ, ਜਦੋਂ ਖੁਦਾਈ ਹੋਈ ਅਤੇ ਫਿਰ ਉਹਦੇ ਨਾਲ ਫਿਜ਼ੀਕਲ ਐਵੀਡੈਂਸ ਆ ਗਿਆ ਔਰ ਇਹ ਪਤਾ ਲੱਗਾ ਕਿ ਇਹ ਜਿਹੜੀ ਜਿਸ ਦੀ ਗੱਲ ਹੋ ਰਹੀ ਹੈ, ਮਤਲਬ ਜਿਹੜੀ ਤਹਿਜ਼ੀਬ ਦੀ ਵੇਦਾਂ ਦੇ ਵਿੱਚ ਗੱਲ ਹੋ ਰਹੀ ਹੈ, ਇਸ ਤੋਂ ਬਹੁਤ ਪਹਿਲੇ ਇੱਕ ਬਹੁਤ ਵੱਡੀ ਸਿਵਲਾਈਜੇਸ਼ਨ ਜਾਂ ਤਹਿਜ਼ੀਬ ਜਿਹੜੀ ਹੈ ਉਹ ਪਹਿਲੇ ਗੁਜ਼ਰ ਚੁੱਕੀ ਹੈ। ਅਤੇ ਉਹ ਹੜੱਪਾ ਦੀ ਸਿਵਲਾਈਜੇਸ਼ਨ, ਜਦੋਂ ਹੜੱਪਾ ਸ਼ਹਿਰ ਦੀ, ਇਹਨੂੰ ਹੜੱਪਾ ਸਿਵਲਾਈਜੇਸ਼ਨ ਇਸ ਲਈ ਕਹਿੰਦੇ ਹਾਂ ਕਿ ਹੁਣ ਬਹੁਤ ਸਾਰੀਆਂ ਥਾਵਾਂ 'ਤੇ ਉਹਦੀਆਂ ਖੁਦਾਈਆਂ ਹੋਈਆਂ ਨੇ, ਗੁਜਰਾਤ 'ਚ ਵੀ ਹੋਈਆਂ ਨੇ, ਰਾਜਸਥਾਨ 'ਚ ਵੀ ਹੋਈਆਂ ਨੇ, ਹਰਿਆਣਾ 'ਚ ਵੀ ਹੋਈਆਂ ਨੇ, ਅਤੇ ਲੇਕਿਨ ਉਹਨੂੰ ਹੜੱਪਾ ਸਿਵਲਾਈਜੇਸ਼ਨ ਇਸ ਲਈ ਕਿਹਾ ਜਾਂਦਾ ਕਿ ਸਭ ਤੋਂ ਪਹਿਲੇ ਹੜੱਪੇ 'ਚ ਹੋਈ ਸੀ ਖੁਦਾਈ। ਅਤੇ ਉਹਦੇ ਵਿੱਚ ਜੋ ਨਿਸ਼ਾਨੀਆਂ ਲੱਭੀਆਂ ਔਰ ਜਿਸ ਤਰ੍ਹਾਂ ਦੇ ਸ਼ਹਿਰ ਲੱਭੇ ਹੜੱਪਾ ਔਰ ਮੋਹਨਜੋਦੜੋ, ਉਹਨਾਂ ਤੋਂ ਉਹਨਾਂ ਨੇ ਇਹ ਅੰਦਾਜ਼ਾ ਲਾਇਆ ਕਿ ਉਹ ਬੜੀ ਅੱਗੇ ਦੀ ਐਡਵਾਂਸਡ ਮੰਜ਼ਿਲ 'ਤੇ ਪਹੁੰਚ ਚੁੱਕੀ ਸੀ ਤਹਿਜ਼ੀਬ। ਬਲਕਿ ਇਹ ਹੈ ਕਿ ਮੈਕਸ ਮੁਲਰ ਤਾਂ ਕਹਿੰਦਾ ਕਿ ਮੈਕਸ ਮੁਲਰ ਤਾਂ ਇਹ ਕਹਿੰਦਾ ਕਿ
ਜਿਹੜੀ ਜਿਸ ਤੱਕ ਇਹ ਤਹਿਜ਼ੀਬ ਪਹੁੰਚ ਚੁੱਕੀ ਸੀ ਉਸ ਤਹਿਜ਼ੀਬ ਤੱਕ ਅਜੇ ਹੋਰ ਕੋਈ ਵੀ ਤਹਿਜ਼ੀਬ ਨਹੀਂ ਸੀ ਪਹੁੰਚੀ। ਮਤਲਬ ਈਵਨ ਮਿਸਰ ਔਰ ਮੈਸੋਪੋਟੇਮੀਆ ਦੀਆਂ ਜਿਹੜੀਆਂ ਤਹਿਜ਼ੀਬਾਂ ਸਨ ਉਹ ਵੀ ਇਸ ਲੈਵਲ 'ਤੇ ਨਹੀਂ ਸੀ ਆਈਆਂ ਜਿਸ ਲੈਵਲ 'ਤੇ ਇਹ ਤਹਿਜ਼ੀਬ ਸੀ। ਲਿਹਾਜ਼ਾ ਦੂਸਰਾ ਜਿਹੜਾ ਮੇਰੇ ਖਿਆਲ 'ਚ ਜਿਹੜਾ ਦੂਸਰਾ ਜਿਹੜੀ ਲੈਵਲ ਆਈ ਹਿਸਟਰੀ ਇੰਟਰਪ੍ਰੈਟ ਕਰਨ ਦੀ ਉਹ ਆਈ ਇਹਦੇ ਨਾਲ। ਮੈਂ ਸਮਝਦਾ ਕਿ ਜਿਹੜੀ ਤੀਸਰੀ ਮੰਜ਼ਿਲ ਆਈ ਹੈ ਉਹ ਹੁਣ ਆਈ ਹੈ ਜਿਹੜੀ ਕਿ ਜਨੈਟਿਕਸ ਦੀ ਸਾਇੰਸ ਦੇ ਨਾਲ ਜਿਹੜੇ ਫੈਸਲੇ ਹੋਏ ਨੇ ਕਿ ਕਿਹੜਾ ਗਰੁੱਪ ਕਿੱਥੋਂ ਆਇਆ, ਕਿਵੇਂ ਆਇਆ, ਕਿਹਦੇ ਜੀਨਸ ਕਿਹਦੇ ਨਾਲ ਮਿਲਦੇ ਜੁਲਦੇ ਨੇ। ਸੋ ਇਹ ਤਿੰਨ ਮੰਜ਼ਿਲਾਂ ਤੋਂ ਗੁਜ਼ਰ ਕੇ ਅਤੇ ਫਿਰ ਅਸੀਂ ਜਿਹੜਾ ਹੈ ਉਹ ਤਾਰੀਖ ਦੇ ਅੱਜ ਦੇ ਨਜ਼ਰੀਏ 'ਤੇ। ਅੱਛਾ, ਮਜ਼ੇਦਾਰ ਗੱਲ ਹੈ ਕਿ ਅਸੀਂ ਜਿਸ ਤਰ੍ਹਾਂ ਪੜ੍ਹਦੇ ਜਾ ਰਹੇ ਹਾਂ ਉਹਦੇ ਤੋਂ ਹੋਰ ਪਿੱਛੇ ਦਾ ਜਿਹੜਾ ਨਾ ਐਵੀਡੈਂਸ ਮਿਲਦਾ ਜਾ ਰਿਹਾ। ਮਤਲਬ ਵੇਦ ਜਦੋਂ ਪੜ੍ਹੇ ਅਤੇ ਉਹ ਉਦੋਂ ਤੁਹਾਨੂੰ ਐਗਜਿਸਟਿੰਗ ਲੱਗ ਰਿਹਾ ਸੀ ਕਿ ਅੱਛਾ ਇਹਦੀ ਹਿਸਟਰੀ ਕੀ ਹੋਏਗੀ, ਲੇਕਿਨ ਜਦੋਂ ਖੁਦਾਈ ਫਿਜ਼ੀਕਲ ਐਵੀਡੈਂਸ ਆਇਆ ਤਾਂ ਉਸ ਤੋਂ ਵੀ ਪਿੱਛੇ ਦੀ ਉਹ ਆਈ। ਔਰ ਹੁਣ ਜਦੋਂ ਡੀ ਐੱਨ ਏ ਦੀ ਜਦੋਂ ਸਾਇੰਸ ਦੀ ਗੱਲ ਕਰ ਰਹੇ ਹਾਂ ਤਾਂ ਉਹ ਜਿਹੜੀ ਅਰਲੀ ਇੰਡੀਅਨਸ ਹੈ ਜਿਸ ਤਰ੍ਹਾਂ ਕਿਤਾਬ ਹੈ, ਬਿਲਕੁਲ ਬਿਲਕੁਲ, ਉਹਨੇ ਤਾਂ ਬਿਲਕੁਲ ਹੀ ਲਿਖਦੇ ਆਏ ਉਹਨੂੰ ਪਤਾ ਲੱਗਾ ਕਿ ਅੱਛਾ ਹੁਣ ਡੀ ਐੱਨ ਏ ਸਾਇੰਟੀਫਿਕ ਸਾਨੂੰ ਇਹ ਪਰੂਫ ਮਿਲ ਰਹੇ ਨੇ। ਸੋ ਹੀ ਹੈਡ ਟੂ ਚੇਂਜ ਦਾ ਹੋਲ ਥਿੰਗ ਕਿ ਹੁਣ ਮੈਂ ਨਵੇਂ ਸਿਰੇ ਤੋਂ। ਬਿਲਕੁਲ, ਸੋ ਤੁਸੀਂ ਹੁਣ ਨਵੇਂ ਸਿਰੇ ਤੋਂ ਲਿਖਿਆ ਮਤਲਬ ਉਸਨੂੰ। ਮਤਲਬ ਇਹ ਹੈ ਕਿ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਹੁਣ ਤੱਕ ਜਿੰਨੀ ਵੀ ਐਵੀਡੈਂਸ ਆਈ ਸੀ ਕਿਸੇ ਵੀ ਪਹਿਲੂ ਦੇ ਨਾਲ, ਖੁਦਾਈਆਂ ਦੇ ਨਾਲ, ਜੈਨੈਟਿਕਸ ਦੇ ਨਾਲ ਜਾਂ ਵੇਦਾਂ ਦੇ ਲਿਆ, ਉਹਨਾਂ ਨੂੰ ਅਸੀਂ ਸਾਹਮਣੇ ਰੱਖਿਆ, ਅਸੀਂ ਸਾਰਿਆਂ ਨੂੰ ਆਪਣੇ ਮੋਹਰੇ ਰੱਖ ਕੇ ਸਾਹਮਣੇ ਰੱਖ ਕੇ ਅਤੇ ਤਾਰੀਖ ਲਿਖੀ ਹੈ। ਔਰ ਇਹਦੇ ਇਸ ਵਾਸਤੇ ਤੁਸੀਂ ਕਹਿ ਸਕਦੇ ਹੋ ਕਿ ਇਹਦੇ 'ਚ ਜਿਹੜੀਆਂ ਲੇਟੈਸਟ ਡਿਵੈਲਪਮੈਂਟ ਨੇ ਉਹਨਾਂ ਨੂੰ ਇਨਕਾਰਪੋਰੇਟ ਕੀਤਾ ਗਿਆ। ਅੱਛਾ, ਹੁਣ ਇਹਦੇ ਵਿੱਚ ਮੈਂ ਇਹ ਸਮਝਣਾ ਕਿ ਜਿਹੜੀ ਤਾਰੀਖ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਬੇਸਿਕਲੀ ਜਿਵੇਂ ਅਸੀਂ ਗੱਲ ਕੀਤੀ ਹੈ ਲਿਖ ਰਹੇ ਸਨ, ਉਹਦੇ ਤੋਂ ਉਹਦਾ ਜਿਹੜਾ ਜ਼ਰੀਆ ਜਿਹੜਾ ਸਨ ਉਹ ਵੇਦ ਸਨ। ਜਦੋਂ ਖੁਦਾਈਆਂ ਹੋ ਗਈਆਂ ਤਾਂ ਖੁਦਾਈਆਂ ਦੀ ਜਿਹੜੀ ਐਵੀਡੈਂਸ ਮਿਲੀਆਂ ਉਹ ਆਪਣੇ ਥਾਂ 'ਤੇ ਚੱਲਦੀਆਂ ਰਹੀਆਂ, ਔਰ ਜਿਹੜੇ ਵੇਦਾਂ ਤੋਂ ਜਿਹੜੀ ਨਜ਼ਰੀਆਤ ਦੀ ਔਰ ਬਾਕੀਆਂ ਚੀਜ਼ਾਂ ਦੀ ਇੰਟਰਪ੍ਰੇਸ਼ਨ ਸੀ ਉਹ ਆਪਣੀ ਜਗ੍ਹਾ ਜਾਰੀ ਰਹੀ। ਅੱਛਾ, ਮੇਰਾ ਆਪਣਾ ਜ਼ਾਤੀ ਖਿਆਲ ਇਹ ਹੈ ਕਿ ਜਿਹੜੇ ਵੈਸਟਰਨਰ ਸਨ ਬੇਸਿਕਲੀ ਸਕਾਲਰਸ਼ਿਪ ਤਾਂ ਵੈਸਟਰਨਰਸ ਦੀ ਸੀ, ਰਿਸਰਚ ਵਗੈਰਾ ਤਾਂ ਉਹ ਹੀ ਕਰਦੇ ਸਨ, ਕਿਉਂਕਿ ਸਾਡਾ ਤਾਂ ਅਸੀਂ ਤਾਂ ਉਸੇ ਪੁਰਾਣੇ ਨਜ਼ਰੀਏ ਨੂੰ ਮੰਨਦੇ ਸਨ ਨਾ ਕਿ ਰੱਬ ਨੇ ਪੈਦਾ ਕੀਤੀ ਇੱਕ ਦਿਨ ਦੁਨੀਆ 'ਤੇ ਬਣ ਗਈ, ਇਹਦੇ ਬਾਰੇ ਸੋਚਣ ਦੀ ਕੀ ਲੋੜ ਹੈ। ਵੈਸਟਰਨਰ ਜਿਹੜੇ ਨੇ ਉਹ ਜ਼ਰਾ ਉਹਨੂੰ ਡੂੰਘ ਜਾ ਕੇ ਸੋਚ ਰਹੇ ਸਨ ਕਿ ਇਨਸਾਨ ਕਿਹੜੀ ਕਿਹੜੀ ਮੰਜ਼ਿਲ ਤੋਂ ਗੁਜ਼ਰਿਆ, ਸਾਇੰਸੀ ਤਰੀਕੇ ਨਾਲ ਦੇਖ ਰਹੇ ਸਨ, ਇਸ ਲਈ ਉਹਨਾਂ ਨੇ ਰਿਸਰਚ ਵੀ ਕੀਤੀ ਔਰ ਉਹਨਾਂ ਨੇ ਜ਼ਿਆਦਾ ਰਿਸਰਚ ਕੀਤੀ। ਲੇਕਿਨ ਮੇਰਾ ਖਿਆਲ ਹੈ ਕਿ ਚੂੰਕਿ ਜਿਹੜੇ ਵੈਸਟਰਨ ਸਕਾਲਰ ਸਨ ਉਹਨਾਂ ਦੀ ਟ੍ਰੇਨਿੰਗ ਇਹ ਸੀ ਕਿ ਤੁਸੀਂ ਬੇਸਿਕਲੀ ਕਿਸੇ ਨਾ ਕਿਸੇ ਸ਼ਹਾਦਤ 'ਤੇ ਐਵੀਡੈਂਸ 'ਤੇ ਜਾਓ, ਲਿਖੀ ਹੋਈ ਗੱਲ ਦੇ ਉੱਤੇ, ਲਿਖੀ ਹੋਈ ਸੰਸਕ੍ਰਿਤ ਸੀ ਜਾਂ ਵੇਦ ਸਨ, ਇਸ ਲਈ ਉਹ ਸਾਰਾ ਕੁਝ ਜਿਹੜਾ ਸੀ ਉਹ ਵੇਦਾਂ 'ਚੋਂ ਲੱਭਦੇ ਸਨ, ਔਰ ਇਹ ਉਹਨਾਂ ਦੀ ਇੱਕ ਤਰ੍ਹਾਂ ਨਾਲ ਸਮਝੋ ਕਿ ਇਹ ਲਿਮਿਟੇਸ਼ਨ ਸੀ। ਅੱਛਾ, ਜਿਹੜੀ ਮੈਂ ਜਿਵੇਂ ਮੈਂ ਵੇਖਿਆ ਆਪਣਾ ਤਾਰੀਖ ਨੂੰ, ਪੰਜਾਬ ਦੀ ਤਾਰੀਖ ਨੂੰ, ਉਹ ਮੈਂ ਇਵੇਂ ਵੇਖਿਆ ਕਿ ਪੰਜਾਬ ਦੀ ਤਾਰੀਖ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਕਿ ਅਗਰ ਤੁਸੀਂ ਅੱਜ ਦੇ ਪੰਜਾਬ ਨੂੰ ਜਾਂ ਕਮ ਅਜ਼ ਕਮ 60s ਦੇ ਪੰਜਾਬ ਨੂੰ ਤੱਕ ਅਗਰ ਤੁਸੀਂ ਉਸ ਸਮਾਜ ਦੇ ਮੁਖਤਲਿਫ ਪੱਖਾਂ ਨੂੰ ਦੇਖਦੇ, ਉਹਦਾ ਮੁਤਾਲਿਆ ਕਰਦੇ, ਤਾਂ ਇੱਕੋ ਹੀ ਚੱਲੇ ਆ ਰਿਹਾ ਤੁਹਾਨੂੰ ਉਹਦੇ ਤੋਂ ਵੇਦਾਂ ਤੋਂ ਵੱਧ ਕੇ ਤੁਹਾਨੂੰ ਇਸ ਰਹਿਣ ਸਹਿਣ ਤੋਂ ਪਤਾ ਲੱਗ ਸਕਦਾ ਸੀ ਕਿ ਇਹ ਕਿੱਥੋਂ ਆਈ ਹੈ ਗੱਲ। ਕਿਉਂਕਿ ਤੁਸੀਂ 60s ਦੀ ਤੋਂ ਗੱਲ ਕੀਤੀ ਹੈ ਤਾਂ ਮਤਲਬ ਇਹ ਕਿ ਜਦੋਂ ਕੰਪਿਊਟਰ ਟੈਕਨੋਲੋਜੀ ਵਗੈਰਾ ਆਈ ਹੈ ਤਾਂ ਉਸ ਤੋਂ ਬਾਅਦ ਫਿਰ ਨਵੀਂ ਡਿਵੈਲਪਮੈਂਟ ਉੱਥੇ ਹੋ ਸਕੀ ਹੈ, ਮਤਲਬ ਬਾਈ ਬੀਜੀ ਦੀ, ਹਲ ਵਾਹਣ ਦੀ, ਇਹ ਵੋ ਕਰਨ ਦੀ, ਜਿੰਨਾ ਮਤਲਬ 60 ਤੱਕ ਜਿਹੜਾ ਹੈਗਾ 60 ਤੱਕ ਜਿਹੜੀ ਦੋ ਤਿੰਨ ਗੱਲਾਂ ਨੇ ਨਾ, ਇੱਕ ਤਾਂ ਜਿਹੜਾ ਪੈਦਾ ਕਰਨ ਦਾ ਤਰੀਕਾ ਹੈ ਉਹ ਹੋ ਹੀ ਰਿਹਾ ਜਿਹੜਾ ਕਿ ਪਹਿਲੇ ਸੀਗਾ, ਦੂਜਾ ਜਿਹੜਾ ਵਿਚਾਰਾਂ ਦਾ ਨਿਜ਼ਾਮ ਸੀ, ਖਿਆਲਾਤ ਦਾ ਨਿਜ਼ਾਮ ਸੀ, ਉਹ ਵੀ ਤਕਰੀਬਨ ਉਹੋ ਹੀ ਰਿਹਾ, ਕਮ ਅਜ਼ ਕਮ ਮਤਲਬ ਪਿੰਡਾਂ ਤੱਕ ਕੀ ਸ਼ਹਿਰਾਂ ਤੱਕ ਵੀ ਉਹੋ ਹੀ ਰਿਹਾ। ਠੀਕ ਹੈ, ਇਸ ਲਈ ਜੇ ਉਹ ਬਹੁਤ ਹੀ ਗੌਰ ਨਾਲ, ਬਹੁਤ ਹੀ ਧਿਆਨ ਨਾਲ ਉਹ 60 ਤੱਕ ਦੇ ਪੰਜਾਬ ਦੀ ਵੀ ਰਿਸਰਚ ਕਰਦੇ ਤਾਂ ਉਹਨਾਂ ਨੂੰ ਬਹੁਤ ਕੁਛ ਇੰਟਰਪ੍ਰੈਟ ਕਰਨ ਨੂੰ ਮਿਲ ਜਾਂਦਾ, ਲੇਕਿਨ ਇਹ ਬਹੁਤ ਘੱਟ ਲੋਕਾਂ ਨੇ ਕੀਤਾ।
ਔਰ ਜ਼ਿਆਦਾ ਲੋਕ ਜਿਹੜੇ ਨੇ ਉਹ ਜਾਂ ਤਾਂ ਸੰਸਕ੍ਰਿਤ ਵਿੱਚ ਲਿਖੇ ਜਿਹੜੇ ਸਕ੍ਰਿਪਟ ਸਨ ਉਹਨਾਂ ਉੱਤੇ ਡਿਪੈਂਡ ਕਰਦੇ ਰਹੇ ਔਰ ਜਾਂ ਫਿਰ ਜੋ ਉਹਨਾਂ ਨੇ ਹੋਰ ਕੁਛ ਦੇਖਿਆ ਵੀ ਕਿਤੇ ਅਤੇ ਉਹ ਨੱਸ ਕੇ ਅਤੇ ਉਹ ਗੰਗਾ ਜਮਨਾ ਵੈਲੀ 'ਤੇ ਪਹੁੰਚ ਜਾਂਦੇ ਸਨ ਪੰਜਾਬ ਨੂੰ ਛੱਡ ਕੇ ਕਿਉਂਕਿ ਗੰਗਾ ਜਮਨਾ ਵੈਲੀ ਦੇ ਵਿੱਚ ਜਿਹੜੀ ਲਿਖੀ ਹੋਈ ਐਵੀਡੈਂਸ ਹੈ ਉਹ ਬਹੁਤੀ ਹੈਗੀ ਸੀ ਪੰਜਾਬ ਨਾਲੋਂ। ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਅਗਰ ਤੁਸੀਂ ਪੰਜਾਬ ਨੂੰ ਵੀ ਵੇਖੋ ਤਾਂ ਪੰਜਾਬ ਦੇ ਅੰਦਰ ਵੀ ਦੋ ਹਿੱਸੇ ਨੇ, ਬਲਕਿ ਦੋ ਤਿੰਨ ਹਿੱਸੇ ਨੇ। ਅੱਛਾ, ਇੱਕ ਹਿੱਸਾ ਤਾਂ ਉਹ ਅਜਿਤ ਚਵਾਈ ਬੀਜੀ ਹੋਣ ਲੱਗ ਪਈ, ਠੀਕ ਹੈ, ਉਹ ਹਿੱਸਾ ਜਿਹੜਾ ਸੀ ਉਹ ਵਿਚਲਾ ਪੰਜਾਬ ਅਤੇ ਚੜ੍ਹਦਾ ਪੰਜਾਬ ਸੀ। ਦੂਜਾ ਅਗਰ ਲਾਹੌਰ ਤੋਂ ਤੁਸੀਂ 50 ਮੀਲ ਵੈਸਟ ਨੂੰ ਜਾਓ, ਸਾਊਥ ਨੂੰ ਬਲਕਿ ਜਾਓ, ਅਤੇ ਇੱਥੇ ਜਿਹੜਾ ਪੂਰਾ ਸਮਾਜ ਸੀ ਇਹ ਪਸ਼ੂ ਪਾਲ ਸੀ, ਠੀਕ ਹੈ, ਇੱਥੇ ਵਾਹੇ ਬੀਜੀ ਬਹੁਤ ਘੱਟ ਹੁੰਦੀ ਸੀ, ਬਹੁਤ ਮਾਮੂਲੀ ਹੁੰਦੀ ਸੀ, ਮਤਲਬ ਦਰਿਆਵਾਂ ਦੇ ਕਿਨਾਰੇ ਜੌਂ, ਸਵਾਂਕ, ਬਾਜਰਾ ਇਹ ਥੋੜ੍ਹਾ ਬਹੁਤ ਬੀਜਿਆ ਜਾਂਦਾ ਸੀ, ਲੇਕਿਨ ਇਹ ਹੈ ਕਿ ਬਾਕੀ ਜੋ ਸਮਾਜ ਸੀ ਉਹ ਪਸ਼ੂ ਪਾਲ ਹੀ ਸੀ। ਇਹਦਾ ਮਤਲਬ ਇਹ ਹੋਇਆ ਕਿ ਉਹ ਪਸ਼ੂ ਪਾਲ ਸਮਾਜ ਜਿਹੜਾ ਕਬਲ ਮਸੀਹ ਦੇ ਵਿੱਚ ਚੱਲ ਰਿਹਾ ਸੀ, ਅਗਰ ਉਹ ਪਸ਼ੂ ਪਾਲ ਸਮਾਜ 1960 ਤੱਕ ਨਹੀਂ 1960 ਤੱਕ ਨਹੀਂ ਕਹਿਣਾ ਚਾਹੀਦਾ, ਅੰਗਰੇਜ਼ਾਂ ਦੇ ਨਹਿਰਾਂ ਦੇ ਨਿਜ਼ਾਮ ਬਣਾਉਣ ਤੱਕ, ਯਾਨੀ 20th century ਦੇ ਸ਼ੁਰੂ ਤੱਕ ਅਗਰ ਉਹ ਉਹ ਹੀ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਉਹਦੀਆਂ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਵੀ ਉਹ ਹੀ ਹੋਣਗੀਆਂ, ਕਿਉਂਕਿ ਜੇ ਬਾਹਰੋਂ ਕੋਈ ਇੰਟਰਵੈਂਸ਼ਨ ਨਹੀਂ ਹੋਈ, ਜੇ ਕੋਈ ਬਾਹਰੋਂ ਇੰਟਰਵੈਂਸ਼ਨ ਨਹੀਂ ਹੋਈ, ਚੇਂਜ ਨਹੀਂ ਆਇਆ, ਕੋਈ ਚੇਂਜ ਨਹੀਂ ਆਇਆ ਅਤੇ ਉਹਦੇ ਅੰਦਰ ਤਾਂ ਕੋਈ ਚੇਂਜ ਨਹੀਂ ਆਉਣਾ, ਉਹ ਤਾਂ ਉਂਝ ਹੀ ਮੱਝਾਂ ਗਾਵਾਂ ਪਾਲ ਕੇ ਅਤੇ ਦੁੱਧ ਦੇ ਉੱਤੇ ਅਤੇ ਮਤਲਬ ਬਲਕਿ ਇਹ ਹੈ ਕਿ ਬਈ ਜਿਹੜੇ ਸਾਡੇ ਬਜ਼ੁਰਗ ਸਨ ਜਦੋਂ ਇਹ ਨਹਿਰਾਂ ਆਬਾਦ ਹੋਈਆਂ ਅਤੇ ਇਹ ਇੱਥੇ ਆਏ ਅਤੇ ਉਹ ਹੁਣ ਵੀ ਦੱਸਦੇ ਸਨ, ਔਰ ਇਹ ਹੁਣ ਜਿਹੜੇ ਲੋਕਲ ਲੋਕ ਨੇ ਜਿਹੜੇ ਪਹਿਲੇ ਤੋਂ ਰਹਿੰਦੇ ਸਨ ਪਸ਼ੂ ਪਾਲ ਸਮਾਜ ਦੇ ਲੋਕ, ਨਹਿਰਾਂ ਬਣਨ ਤੋਂ ਪਹਿਲੇ ਵਾਲੇ ਲੋਕ, ਉਹ ਮੰਨਦੇ ਵੀ ਨੇ ਇਸ ਗੱਲ ਨੂੰ ਕਿ ਉਹਨਾਂ ਨੂੰ ਖਾਣਾ ਪਕਾਉਣਾ ਨਹੀਂ ਸੀ ਆਉਂਦਾ ਬੁਨਿਆਦੀ ਤੌਰ ਦੇ ਉੱਤੇ, ਦੁੱਧ ਵਗੈਰਾ 'ਤੇ, ਦੁੱਧ ਔਰ ਦੁੱਧ ਦੀਆਂ ਚੀਜ਼ਾਂ 'ਤੇ ਗੁਜ਼ਾਰਾ ਹੁੰਦਾ ਸੀ। ਜਿਹੜੀ ਰੋਟੀ ਸੀ, ਰੋਟੀ ਜਿਹੜੀ ਸੀ ਇਹ ਬਹੁਤ ਖਾਸ ਸ਼ੈ ਸੀ ਔਰ ਇਹ ਬਹੁਤ ਅਮੀਰ ਲੋਕ ਖਾਂਦੇ ਸਨ। ਅੱਛਾ, ਹਾਂਜੀ, ਵਾਈ ਬੀਜੀ ਵਾਲੇ ਵੀ ਇਹੀ ਕਰਦੇ, ਸਿਰਫ ਪਸ਼ੂ ਪਾਲ ਵਾਲੇ, ਪਸ਼ੂ ਪਾਲ ਵਾਲੇ, ਵਾਈ ਬੀਜੀ ਵਾਲੇ ਤਾਂ ਕਰਦੇ ਹੀ ਵਾਈ ਬੀਜੀ ਸਨ ਨਾ, ਉਹ ਤਾਂ ਕਰ ਲੈਂਦੇ ਹੋਗੇ। ਇਸ ਵਾਸਤੇ ਉਹ ਜਿਹੜਾ ਹੀਰ ਜਿਹੜੀ ਚੂਰੀ ਲੈ ਕੇ ਜਾਂਦੀ ਹੈ ਰਾਂਝੇ ਲਈ, ਉਹ ਬੜੀ ਖਾਸ ਚੀਜ਼ ਹੈ ਕਿਉਂਕਿ ਉਹ ਸਿਰਫ ਅਪਰ ਕਲਾਸ ਅਫੋਰਡ ਕਰ ਸਕਦੀ ਸੀ, ਥਰਡੀ ਕਲਾਸ ਅਫੋਰਡ ਨਹੀਂ ਸੀ ਕਰ ਸਕਦੀ। ਗੁੱਡ ਪੁਆਇੰਟ। ਬਲਕਿ ਇਹ ਹੈ ਕਿ ਜੇ ਤੁਸੀਂ ਉਹ ਦੇਖੋ ਹੀਰ ਰਾਂਝੇ ਦਾ ਕਿੱਸੇ 'ਚ, ਉਹ ਜਦੋਂ ਰਾਂਝਾ ਉਹ ਬਣਨ ਲੱਗਦਾ ਹੈ ਨਾ ਉਹਨਾਂ ਦਾ ਚਰਵਾਲ ਹੀਰ ਦੇ ਪਿਓ ਦਾ, ਅਤੇ ਉਹਨੂੰ ਮਾਣੇ ਮਿਹਣੇ ਮਾਰਦੇ ਨੇ ਲੋਕ ਕਿ ਮੀਆਂ ਤੈਨੂੰ ਦੁੱਧ ਦੇ ਉੱਤੇ ਤੇਰਾ ਗੁਜ਼ਾਰਾ ਹੋਣਾ, ਤੈਨੂੰ ਹੋਰ ਕਿਸੇ ਨੇ ਕੁਛ ਨਹੀਂ ਦੇਣਾ। ਸੋ ਮਤਲਬ ਇਹ ਹੈ ਕਿ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਜ਼ਰੀ ਪੈਦਾਵਾਰ ਹੈ ਉਹ ਆਮ ਲੋਕਾਂ ਦੇ ਵਿੱਚ ਨਾ ਅਫੋਰਡ ਹੁੰਦੀ ਸੀ ਨਾ ਉਹਨੂੰ ਉਹ ਕਰਦੇ ਸਾਂ, ਠੀਕ ਹੈ। ਇਸ ਲਈ ਪੁਆਇੰਟ ਇਹ ਹੈਗਾ ਸਾਰਾ, ਇਹ ਪੰਜਾਬ ਦੇ ਦੋ ਹਿੱਸੇ ਹੋ ਗਏ ਨਾ, ਇਹ ਪੰਜਾਬ ਦੇ ਦੋ ਹਿੱਸੇ, ਠੀਕ ਹੈ। ਤੀਜਾ ਹੈ ਜਿਸ ਕੋਈ, ਤੀਜਾ ਜਿਹੜਾ ਹੈਗਾ ਉਹ ਮੇਰਾ ਖਿਆਲ ਹੈ ਕਿ ਸ਼ਮਾਲ ਸੀਗਾ, ਜਿਹਦੇ ਵਿੱਚ ਅਸੀਂ ਬਾਅਦ 'ਚ ਗੱਲ ਕਰਾਂਗੇ ਕਿ ਉੱਥੇ ਜਿਹੜੀ ਇਹ ਲੜਾਕਾ ਟਾਈਪ ਦੇ ਲੋਕ ਜਿਹੜੇ ਸਨ। ਅੱਛਾ, ਤੁਸੀਂ ਉਹਨੂੰ ਉੱਤੇ ਆ ਗਏ, ਠੀਕ ਹੈ। ਹਾਂਜੀ, ਮਰਸਨਰੀ ਵਾਲਾ ਇਲਾਕਾ ਜਿਹੜਾ ਸੀ, ਇਹਦੀ ਇਕਾਨਮੀ ਥੋੜ੍ਹੀ ਮੁਖਤਲਿਫ ਸੀਗੀ, ਇਹ 'ਤੇ ਅਸੀਂ ਫਿਰ ਕਦੀ ਫਿਰ ਅੱਗੇ ਜਾ ਕੇ ਗੱਲ ਕਰਾਂਗੇ। ਲੇਕਿਨ ਇੱਥੋਂ ਤੱਕ ਇਹ ਹੈ ਕਿ ਮਤਲਬ ਜੇ ਅਸੀਂ ਜਿਵੇਂ ਕਿ ਪਾਨੀਨੀ ਜਿਹੜਾ ਹੈ ਉਹ ਕੋਈ ਤੀਸਰੀ ਚੌਥੀ ਸਦੀ ਕਬਲ ਮਸੀਹ 'ਚ ਹੋਇਆ। ਪਾਨੀਨੀ ਨੇ ਵਾਈ ਬੀ ਜੀ ਦੀਆਂ ਜਿਨ੍ਹਾਂ ਚੀਜ਼ਾਂ ਦਾ ਲਿਖਿਆ ਔਰ ਜਿਨ੍ਹਾਂ ਜਾਨਵਰਾਂ ਦਾ ਲਿਖਿਆ ਹੈ, ਜਿਸ ਤਰ੍ਹਾਂ ਦਾ ਲਿਖਿਆ ਹੈ ਹੁਣ ਤੱਕ ਚੱਲੇ ਆ ਰਹੇ, ਉਹ 1960 ਤੱਕ ਉਵੇਂ ਹੀ ਚੱਲੇ ਆ ਰਹੇ ਸਨ। ਔਰ ਤਕਰੀਬਨ ਉਹ ਜਿਹੜਾ ਸਿਸਟਮ ਉਹ ਬਿਆਨ ਕਰਦਾ ਨਾ ਕਿ ਕਿਵੇਂ ਲੋਕਾਂ ਨੂੰ ਨੌਕਰ ਰੱਖਿਆ ਜਾਂਦਾ ਸੀ, ਕਿਵੇਂ ਉਹਨਾਂ ਨੂੰ ਮਿਹਨਤਾਨਾ ਕਿਵੇਂ ਦਿੱਤਾ ਜਾਂਦਾ ਸੀ, ਉਹ ਵੀ ਤਕਰੀਬਨ ਉਂਝ ਹੀ ਚੱਲ ਰਿਹਾ ਸੀ। ਅਤੇ ਇਸ ਲਈ ਮੇਰਾ ਆਪਣਾ ਇਹ ਖਿਆਲ ਹੈ ਕਿ ਬਈ ਅਗਰ ਜੇ ਇਹਦਾ ਬਹੁਤ ਗੂੜਾ ਮੁਤਾਲਾ ਕੀਤਾ ਜਾਂਦਾ ਤਾਂ ਤੁਸੀਂ ਬਹੁਤ ਠੋਸ ਨਤੀਜਿਆਂ 'ਤੇ ਪਹੁੰਚ ਸਕਦੇ ਸੋ।
ਲਿੰਕ ਕਰ ਸਕਦੇ ਹੋ ਕਿ ਬਈ ਐਸੇ ਹੀ ਚੱਲਿਆ ਹੈਗਾ, ਇਸ ਤਰ੍ਹਾਂ ਚੱਲਿਆ, ਲੇਕਿਨ ਜਿਹੜਾ ਪਰਿਵਰਤਨ ਹੋਇਆ ਉਹ ਫਿਰ ਆਇਆ, ਚੇਂਜ ਆਇਆ ਉਹ 60 ਤੋਂ ਆਨਵਰਡ ਆਇਆ ਫਿਰ। ਉਹਨੂੰ ਛੱਡੋ ਤੁਸੀਂ ਫਿਲਹਾਲ, ਫਿਲਹਾਲ ਤਾਂ ਤੁਸੀਂ ਫਿਲਹਾਲ ਤਾਂ ਤੁਸੀਂ ਪਿਛਲੇ ਵਾਲੇ ਪੀਰੀਅਡ ਤੱਕ ਹੀ ਅਸੀਂ ਆਪਣੇ ਆਪ ਨੂੰ ਰੱਖੀਏ ਨਾ, ਠੀਕ ਹੈ, ਜਿਹੜਾ ਜਿਹੜਾ ਕਿ ਹੁਣ ਤੁਸੀਂ ਜਦੋਂ ਇਹ ਪੜ੍ਹਿਆ ਇਹਦਾ ਸਾਰਿਆਂ ਨੂੰ ਦੇਖਿਆ ਅਤੇ ਉਹਦੇ 'ਚ ਹੁਣ ਇਹ ਤੁਸੀਂ ਜੋ ਲਿਖਿਆ ਉਹ ਫਿਰ ਪੀਪਲਸ ਹਿਸਟਰੀ ਨੂੰ ਕਹਿ ਸਕਦੇ ਹਾਂ? ਹਾਂਜੀ, ਇਹਨੂੰ ਮੈਂ ਕਹਿੰਦਾ ਹੀ ਹੈਗਾ ਕਿ ਇਹ ਲੋਕ ਤਾਰੀਖ ਹੈ। ਮੈਂ ਇੰਝ ਨਹੀਂ ਕਿਹਾ ਕਿ ਕਿਹੜੇ ਵੇਲੇ ਕਿਹੜਾ ਰਾਜਾ ਆਇਆ ਜਾਂ ਕਿਹੜੀ ਰਾਣੀ ਆਈ ਔਰ ਕਿਹੜੇ ਰਾਜੇ ਨੇ ਕੀ ਕੀਤਾ, ਉਹ ਵੀ ਜ਼ਿਕਰ ਹੈ ਥੋੜ੍ਹਾ ਬਹੁਤਾ, ਜਿਹੜੇ ਮਸ਼ਹੂਰ ਮਸ਼ਹੂਰ ਕਰੈਕਟਰ ਆਏ ਤਾਰੀਖ 'ਚ, ਪਰ ਮੈਂ ਬੁਨਿਆਦੀ ਤੌਰ ਦੇ ਉੱਤੇ ਉਸ ਤਾਰੀਖੀ ਅਮਲ ਦੇ ਉੱਤੇ ਲਿਖਿਆ ਹੈ ਜਿਹੜਾ ਕਿ ਇੱਥੋਂ ਜਿਹਦੇ ਵਿੱਚੋਂ ਅਸੀਂ ਗੁਜ਼ਰੇ ਹਾਂ। ਅਤੇ ਉਹਦੇ 'ਚ ਫਿਰ ਕੀ ਤੁਹਾਨੂੰ ਮਤਲਬ, ਕਿਉਂਕਿ ਤੁਸੀਂ ਵੇਦ ਵੀ ਜੋੜੇ ਨੇ ਉਹਦੇ 'ਚ, ਪੁਰਾਣੀ ਹਿਸਟਰੀ ਵੀ ਹੈ, ਫਿਰ ਨਾਈ ਸਾਇੰਟਿਫਿਕ ਵੀ ਹੈ, ਅਤੇ ਫਿਰ ਉਹਦਾ ਨਤੀਜਾ ਕੀ ਆਇਆ? ਉਹਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਹੜਾ ਨਤੀਜਾ ਉਹਦਾ ਨਿਕਲਿਆ ਉਹ ਇਹ ਨਿਕਲਿਆ ਕਿ ਜਿਹੜਾ ਪੰਜਾਬ ਸੀ ਇਹਦੇ ਵਿੱਚ ਜਿਹੜੀ ਹੜੱਪਾ ਦੀ ਜਿਹੜੀ ਤਹਿਜ਼ੀਬ ਸੀ ਉਹ ਬਹੁਤ ਅਗੂਹੀ ਸੀ, ਬਹੁਤ ਐਡਵਾਂਸਡ ਸੀ, ਔਰ ਉਹਦੇ ਵਿੱਚ ਜ਼ਬਾਨ ਔਰ ਉਹਦੇ ਵਿੱਚ ਜਿਹੜੇ ਆਰਟ ਸਨ ਜਿਵੇਂ ਮੌਸੀਕੀ ਵਗੈਰਾ ਸੀ ਇਹ ਬਹੁਤ ਅੱਗੇ ਜਾ ਚੁੱਕੀ ਸੀ। ਜਿਹੜੇ ਆਰੀਆ ਆਏ ਉਹ ਬਹੁਤ ਬਾਅਦ ਦੇ ਵਿੱਚ ਆਏ, ਔਰ ਆਰੀਆ ਜਿਹੜੇ ਸਨ ਉਹ ਪਸ਼ੂਪਾਲ ਸਨ, ਉਹਨਾਂ ਦੀ ਸੋਚ ਜਿਹੜੀ ਸੀ ਔਰ ਉਹਨਾਂ ਦੀ ਜਿਹੜੀ ਜ਼ਬਾਨ ਸੀ ਉਹ ਉੱਥੋਂ ਤੱਕ ਮਹਦੂਦ ਸੀ, ਔਰ ਇਹ ਜਿਹੜੇ ਪੁਰਾਣੀ ਨਜ਼ਰੀਆਤੀ ਜਿਹੜੇ ਲੋਕ ਸਨ, ਜਿਹੜੇ ਪੁਰਾਣੇ ਹੜੱਪੇ ਦੀ ਤਹਿਜ਼ੀਬ ਦੇ ਲੋਕ ਆ ਰਹੇ ਸਨ, ਬੁਨਿਆਦੀ ਤੌਰ 'ਤੇ ਸਾਰੀ ਖੇਡ ਉਹਨਾਂ ਦੀ ਸੀ, ਔਰ ਉਹਨਾਂ ਦੇ ਕੋਲ ਹੀ ਕਾਰੀਗਰੀ ਸੀ, ਉਹਨਾਂ ਕੋਲ ਹੀ ਨੋ ਹਾਓ ਸੀ ਸਾਰੀ, ਔਰ ਉਹ ਹੀ ਇਲਮ ਨੂੰ ਜਾਣਦੇ ਸਨ। ਅੱਛਾ, ਉਹਦੇ 2-3 ਚੀਜ਼ਾਂ ਨੇ, ਮੈਂ ਖਾਸ ਤੌਰ 'ਤੇ ਮਿਊਜ਼ਿਕ 'ਤੇ ਗੱਲ ਕਰਨੀ ਹੈ ਥੋੜ੍ਹੀ ਜਿਹੀ, ਕਿ ਮਿਊਜ਼ਿਕ ਉਹ ਬਾਅਦ 'ਚ ਕਰਾਂਗੇ ਮੇਰਾ ਖਿਆਲ ਆ। ਠੀਕ ਹੈ, ਉਸ ਤੋਂ ਪਹਿਲਾਂ ਕਿ ਕਿਆ ਉਹਦੇ 'ਚ ਇਸ ਸਮਾਜ 'ਚ ਕਲਾਸ ਡਿਸਟਿੰਕਸ਼ਨ ਹੈ ਸੀ, ਡਿਫਰੈਂਸ ਹੈ ਸੀ, ਔਰ ਦੂਸਰਾ ਹੈ ਕਿ ਔਰਤ ਕਿੱਥੇ ਖਲੋਤੀ ਸੀ ਉਹਦੇ 'ਚ? ਹਾਂਜੀ, ਇਹ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ, ਅਸੀਂ ਹੜੱਪੇ ਦੀ ਬੱਚ ਜਦੋਂ ਗੱਲ ਕਰਾਂਗੇ ਤਾਂ ਉਦੋਂ ਕਰਾਂਗੇ, ਲੇਕਿਨ ਹੁਣ ਤੱਕ ਦੀਆਂ ਜਿਹੜੀਆਂ ਸ਼ਹਾਦਤਾਂ ਸਾਹਮਣੇ ਆਈਆਂ ਨੇ ਉਹ ਇਹ ਆਈਆਂ ਨੇ ਕਿ ਜਿਹੜਾ ਹੜੱਪਾ ਸਿਵਲਾਈਜੇਸ਼ਨ ਸੀ ਉਹਦੇ ਵਿੱਚ ਮਜ਼ਹਬ ਦਾ ਕੋਈ ਖਾਸ ਰੋਲ ਨਹੀਂ ਸੀ ਹੈਗਾ, ਕਿਉਂਕਿ ਜਿੰਨੀਆਂ ਵੀ ਖੁਦਾਈਆਂ ਹੋਈਆਂ ਨੇ ਉਹਨਾਂ ਵਿੱਚੋਂ ਕਿਸੇ ਮੰਦਰ ਦੀ, ਕਿਸੇ ਟੈਂਪਲ ਦੀ, ਕਿਸੇ ਇਬਾਦਤਗਾਹ ਦੀ ਕੋਈ ਥਾਂ ਨਹੀਂ ਲੱਭੀ ਕਿਸੇ ਵੀ ਜਗ੍ਹਾ ਤੋਂ। 11, 1917, 1918 ਜਗ੍ਹਾ 'ਤੇ ਖੁਦਾਈਆਂ ਹੋਈਆਂ, ਕਿਤੋਂ ਵੀ ਨਹੀਂ ਲੱਭੀ, ਕਿਸੇ ਮਹੱਲ ਦੀ ਵੀ ਨਹੀਂ ਲੱਭੀ। One of the evidence the society was so developed aur ode vich religion da role jehda hai aur badshah aur ode vich mahal vi nahi labbe jive tusi dekhde ho na misr di aur jive iraq di jehdiyan mesopotamia di jehdiyan tehzeeban ne unna di jehdiyan khudaiyan hoiyan ne unna nu apna unna vichon mahal labbe ne unna vichon tuhanu bahut bade bade mandir labbe ne oh itthe nahi labbe। ਇਸ ਲਈ ਇਹ ਇੱਕ ਗੱਲ, ਦੂਜੀ ਗੱਲ ਇਹ ਉਹਦੇ ਤੋਂ ਜਿਹੜੀ ਲੱਭੀ ਹੈ ਉਹ ਇਹ ਹੈ ਕਿ ਇਹ ਜਿਹੜੀ ਹੜੱਪਾ ਦੀ ਤਹਿਜ਼ੀਬ ਸੀ ਇਹਦੇ ਵਿੱਚ ਮਾਦਰੀ ਨਿਜ਼ਾਮ ਸੀ, ਮਟਰਨਲਿਸਟਿਕ ਨਿਜ਼ਾਮ ਜ਼ਿਆਦਾ ਸੀ, ਪਟਰਨਲਿਸਟਿਕ ਨਿਜ਼ਾਮ ਨਹੀਂ ਸੀ ਹੈਗਾ, ਅਤੇ ਆਪਣਾ ਉਹਨਾਂ ਦੀ ਜਿਹੜੀ ਪੂਜਾ ਪਾਠ ਔਰ ਬਾਕੀ ਸੀ ਉਹਦੇ ਤਰੀਕੇ ਜ਼ਿਆਦਾ ਔਰਤ ਦੇ ਇਰਦ ਗਿਰਦ ਘੁੰਮਦੇ ਸਨ, ਮਰਦ ਦੇ ਇਰਦ ਗਿਰਦ ਨਹੀਂ ਸੀ ਘੁੰਮਦੇ। ਇਹ ਉਹ ਹੈ ਜਿਹਦੇ 'ਚ ਔਰਤ ਜਿਹੜਾ ਮਰਦ ਜਿਹੜਾ ਹੈ ਉਹ ਅਗਰ ਵਿਆਹ ਕਰਦਾ ਹੈ ਔਰਤ ਨਾਲ ਹਮ ਬਿਸਤਰੀ ਕਰਦਾ, ਉਸ ਤੋਂ ਬਾਅਦ ਆਪਣੇ ਘਰ ਚਲਾ ਜਾਂਦਾ ਹੈ ਫਿਰ। ਹਾਂਜੀ ਹਾਂਜੀ, ਮਤਲਬ ਜੋ ਫੀਮੇਲ ਇਜ਼ ਸੋ ਇੰਡੀਪੈਂਡੈਂਟ ਕਿ ਸ਼ੀ ਕੈਨ ਜਸਟ ਗੋ ਐਨੀ। ਇੰਡੀਪੈਂਡੈਂਟ ਨਹੀਂ, ਫੀਮੇਲ ਹੀ ਹੈ ਜਿਹੜੀ ਓਨਰਸ਼ਿਪ ਕਰਦੀ, ਓਨਰਸ਼ਿਪ। ਯੈਸ ਯੈਸ, ਤੁਸੀਂ ਦੈਟਸ ਦ ਰਾਈਟ ਵਰਡ। ਹਾਂ, ਸਹੀ ਕਹਿ ਰਹੇ। ਤੁਸੀਂ 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 ਆਪਣਾ ਅਗਰ ਗੌਰ ਕਰੋ ਨਾ, ਤੇ ਸਾਡੇ ਅਜੇ ਵੀ ਪਿੰਡਾਂ ਥਾਵਾਂ 'ਚ ਅਜੇ ਆਪਣਾ ਆਪਣੀ ਬੀਵੀ ਨੂੰ ਬੁਲਾਉਂਦਿਆਂ ਆਪਣੀ ਬੀਵੀ ਨੂੰ ਸੱਦਣ ਲਈ ਇਹ ਵੀ ਕਹਿੰਦੇ ਕਹਿ ਦਿੰਦੇ ਨੇ ਭਾਗਵਾਨ ਨੇ। ਹਾਂ ਬਿਲਕੁਲ ਕਹਿੰਦੇ ਨੇ ਨਾ, ਤੁਹਾਨੂੰ ਪਤਾ ਇਹਦਾ ਮਤਲਬ ਕੀ ਹੈ? ਭਾਗਵਾਨੇ ਦਾ ਮਤਲਬ ਇਹ ਹੈ, ਭਾਗ ਦਾ ਮਤਲਬ ਹੁੰਦਾ ਹਿੱਸਾ। ਅੱਛਾ ਅੱਛਾ, ਭਾਗ ਦਾ ਮਤਲਬ ਹੈ ਹਿੱਸਾ, ਔਰ ਭਗਵਾਨ ਜਿਹੜਾ ਉਹ ਵੀ ਉੱਥੋਂ ਭਾਗ ਤੋਂ ਬਣਿਆ,
ਉਹ ਜਿਹੜਾ ਕਿ ਹਿੱਸੇ ਵੰਡਦਾ ਲੋਕਾਂ ਦੀ ਕਿਸਮਤ ਦੇ, ਠੀਕ? ਅੱਛਾ ਅੱਛਾ। ਅਤੇ ਭਗਵਾਨੇ ਦਾ ਮਤਲਬ ਇਹ ਹੈ ਕਿ ਇਹ ਮਟਰਨਲਿਸਟਿਕ ਨਿਜ਼ਾਮ 'ਚੋਂ ਲਫਜ਼ ਆਇਆ, ਜਿਹਦਾ ਮਤਲਬ ਇਹ ਹੈ ਕਿ ਕਿਸੇ ਸਟੇਜ ਦੇ ਉੱਤੇ ਜਿਹੜੀ ਮਾਲਕ ਹਿੱਸੇਦਾਰ ਸੀ ਉਹ ਹੈ ਹੀ ਔਰਤ ਸੀ, ਮਰਦ ਹੈ ਹੀ ਨਹੀਂ ਸੀ। ਮਰਦ ਜਿਹੜਾ ਸੀ ਉਹਦਾ ਕੰਮ ਹੀ ਨਹੀਂ ਸੀ, ਉਹਨੂੰ ਹੱਕ ਨਹੀਂ ਸੀ ਹੈਗਾ ਪ੍ਰੋਪਰਟੀ ਦਾ। ਕਿਉਂਕਿ ਅਸੀਂ ਅੱਗੇ ਜਾ ਕੇ ਇੱਕ ਜਿਹੜਾ ਹਿੰਦੁਸਤਾਨ ਦਾ ਕਬੀਲਾ ਹੈ ਜਿਹਨੂੰ ਅਸੀਂ ਖਾਸੀ ਕਬੀਲਾ ਕਹਿੰਦੇ ਹਾਂ, ਉਹ ਅਜੇ ਵੀ ਹੈਗਾ ਹੈ, ਉਹਦਾ ਜ਼ਿਕਰ ਕਰਾਂਗੇ। ਉਹਦੇ ਵਿੱਚ ਅਜੇ ਵੀ ਇੰਜ ਹੈ ਖਾਸੀ ਕਬੀਲੇ ਦੇ ਵਿੱਚ ਕਿ ਜਿਹੜੀ ਔਰਤ ਹੈ ਉਹ ਪ੍ਰਧਾਨ ਹੈ, ਉਹ ਹੀ ਮਾਲਕ ਹੁੰਦੀ ਹੈ, ਮਰਦ ਦੀ ਕੋਈ ਮਾਲਕ ਹੀ ਨਹੀਂ ਹੁੰਦੀ, ਔਰ ਵਗੈਰਾ ਵਗੈਰਾ। ਇਹ ਅਸੀਂ ਫਿਰ ਇਹਦੇ 'ਤੇ ਜਿਹੜਾ ਨਾ ਚੰਗੀ ਤਰ੍ਹਾਂ ਗੱਲ ਕਰਾਂਗੇ। ਅਤੇ ਇਹ ਫਿਰ ਟੁੱਟਿਆ ਕਿੱਥੇ ਸਿਲਸਿਲਾ ਫਿਰ? ਮਤਲਬ ਪਹਿਲਾ ਜਿਹੜਾ ਸਵਾਲ ਆਉਂਦਾ ਕਿ ਇਤਨੀ ਡਿਵੈਲਪ ਸੁਸਾਇਟੀ ਨੂੰ ਫਿਰ ਅੱਗੇ ਮਜ਼ੀਦ ਅੱਗੇ ਜਾਣਾ ਚਾਹੀਦਾ ਸੀ, ਲੇਕਿਨ ਇਹ ਵਾਸ਼ ਆਊਟ ਹੋ ਗਈ ਬਿਲਕੁਲ ਹੀ। ਇੱਕ ਤਾਂ ਕੋਈ ਨੈਚੁਰਲ ਡਿਜ਼ਾਸਟਰਸ ਵਗੈਰਾ ਤਾਂ ਉਹਦਾ ਇੱਕ ਹਿੱਸਾ ਹੋਏਗਾ, ਲੇਕਿਨ ਜੋ ਸਾਇੰਟੀਫਿਕ ਐਵੀਡੈਂਸਿਸ ਜੋ ਤੁਸੀਂ ਪੜ੍ਹੇ ਨੇ, ਜਿਸ ਫਾਈਂਡਿੰਗਸ ਨੇ, ਮਤਲਬ ਉਹ ਕੀ ਡਿਕਟੇਟ ਕਰਦੇ ਨੇ? ਹਾਂਜੀ, ਸੋ ਅਗਰ ਅਸੀਂ ਹਿਸਟਰੀ ਦੇ ਉੱਤੇ ਹੀ ਰਹੀਏ ਤਾਂ ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਲਿਖਤਾਂ ਜਿਨ੍ਹਾਂ ਤੋਂ ਹਿਸਟਰੀ ਲਿਖੀ ਗਈ ਸਾਡੇ ਤੋਂ ਪਹਿਲੇ, ਮਿਸਾਲ ਦੇ ਤੌਰ 'ਤੇ ਵੇਦਾਂ 'ਤੇ ਔਰ ਬਾਕੀਆਂ 'ਤੇ, ਉਹਨਾਂ ਵਿੱਚ ਇੱਕ ਪ੍ਰੋਬਲਮ ਇਹ ਹੈਗੀ ਸੀ ਕਿ ਉਹ ਕਿਤਾਬਾਂ 'ਤੇ ਕਈ ਹਜ਼ਾਰਾਂ ਸਾਲ 'ਚ ਲਿਖੀਆਂ ਗਈਆਂ। ਮਤਲਬ ਜ਼ਾਹਰ ਤਾਂ ਇੰਝ ਕੀਤਾ ਗਿਆ ਕਿ ਜਿਵੇਂ ਉਹ ਜਿਸ ਵੇਲੇ ਤਾਰੀਖ ਸ਼ੁਰੂ ਹੋਈ ਇਨਸਾਨ ਦੀ ਪੰਜਾਬ 'ਚ ਉਸ ਵੇਲੇ ਉਹ ਸੀਗੀ, ਲੇਕਿਨ ਇੰਝ ਤਾਂ ਨਹੀਂ ਸੀ। ਉਹ ਕਿਤਾਬਾਂ 'ਤੇ ਬਹੁਤ ਲੰਮੇ ਪੀਰੀਅਡ 'ਚ ਲਿਖੀਆਂ ਗਈਆਂ ਔਰ ਉਹਨਾਂ 'ਚ ਵਾਧੇ ਹੁੰਦੇ ਰਹੇ। ਇਸ ਵਾਸਤੇ ਸ਼ੁਰੂ ਕੀ ਸੀਗਾ ਤਾਰੀਖ ਦਾ, ਉਹਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ, ਠੀਕ ਹੈ ਨਾ। ਅੱਛਾ, ਇਹਦੇ ਵਿੱਚ ਇੱਕ ਤਾਂ ਮੈਂ ਇਹ ਕਹਿ ਚੁੱਕਿਆ ਨਾ ਕਿ ਜੋ ਵੈਸਟਰਨ ਜਿਹੜੇ ਰਿਸਰਚਰ ਸਨ ਉਹਨਾਂ ਦੀ ਕੀ ਲਿਮਿਟੇਸ਼ਨ ਸੀ। ਅੱਛਾ, ਇਹਦੇ 'ਚ ਮੈਂ ਇੱਕ ਹੋਰ ਗੱਲ ਵੀ ਕਹਿਣਾ ਚਾਹੁੰਦਾ, ਔਰ ਉਹ ਇਹ ਹੈਗੀ ਹੈ ਕਿ ਉਹਨਾਂ ਵਿੱਚੋਂ ਜਿਨ੍ਹਾਂ ਨੇ ਜਿਹੜੇ ਪ੍ਰੋਗਰੈਸਿਵ ਹਿਸਟੋਰੀਅਨ ਸਨ ਹਿੰਦੁਸਤਾਨ ਦੇ, ਜਿਵੇਂ ਮਿਸਾਲ ਦੇ ਉੱਤੇ ਜੀ ਡੀ ਕੁਸਾਂਬੀ ਹੈ ਜਾਂ ਅਰਫਾਨ ਹਬੀਬ ਹੈ ਜਾਂ ਸ਼ਰਮਾ ਹੈ, ਇਹਨਾਂ ਸਾਰਿਆਂ ਨੇ ਬੜੀ ਇਮਾਨਦਾਰੀ ਨਾਲ ਨਵੇਂ ਤਰੀਕੇ ਦੇ ਨਾਲ ਹਿਸਟਰੀ ਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਇਹਨਾਂ ਦਾ ਵੀ ਮਸਲਾ ਇਹ ਸੀਗਾ ਕਿ ਇਹਨਾਂ ਨੂੰ ਪੰਜਾਬ ਔਰ ਇੱਥੋਂ ਦੀਆਂ ਜ਼ਬਾਨਾਂ ਨਹੀਂ ਸੀ ਆਉਂਦੀਆਂ, ਠੀਕ ਹੈ। ਲਿਹਾਜ਼ਾ ਇਹਨਾਂ ਜ਼ਬਾਨਾਂ ਦੇ ਵਿੱਚ ਜਿਹੜਾ ਕੁਛ ਤੁਹਾਨੂੰ ਮਿਲ ਸਕਦਾ ਸੀ ਪੁਰਾਣੇ ਸਮਾਜ ਦੇ ਬਾਰੇ 'ਚ, ਉਹ ਤੋਂ ਤੁਸੀਂ ਫਾਇਦਾ ਨਹੀਂ ਚੁੱਕ ਸਕਿਆ। ਹੁਣ ਇਹ ਤਾਂ ਕਹੋਗੇ ਕਿ ਜੀ ਪੰਜਾਬੀ ਜਿਹੜੀ ਹੈ ਉਹ 'ਚ ਪਹਿਲੀ ਕਿਤਾਬ ਲਿਖੀ ਕਿਤਾਬ ਜਿਹੜੀ ਹੈ ਉਹ 11ਵੀਂ ਸਦੀ 'ਚ ਲਿਖੀ ਗਈ ਬਾਬਾ ਫਰੀਦ ਦੀ ਸ਼ਾਇਰੀ, ਔਰ ਬਾਕੀ ਉਸ ਤੋਂ ਬਾਅਦ ਦੇ ਵਿੱਚ ਲਿਖੀਆਂ ਗਈਆਂ, ਠੀਕ ਹੈ, ਠੀਕ ਹੈ ਨਾ। ਅਤੇ ਤੁਸੀਂ ਉਹਨਾਂ ਤੋਂ ਕੀ ਪਤਾ ਕਰ ਸਕਦੇ ਹੋ? ਮੇਰਾ ਇਹਦੇ 'ਚ ਸਵਾਲ ਇਹ ਹੈਗਾ ਕਿ ਜੇ ਤੁਸੀਂ ਕਈ ਹਜ਼ਾਰ ਸਾਲ ਪਹਿਲੇ 1500 ਕਬਲ ਮਸੀਹ ਦੇ ਵਿੱਚ ਲਿਖੀਆਂ ਗਈਆਂ ਹਮਦਾਂ, ਦੇਖੋ ਨਾ ਵੇਦ ਕੀ ਨੇ, ਵੇਦ ਬੇਸਿਕਲੀ ਦੁਆਵਾਂ ਨੇ, ਹਿਮਸ ਨੇ, ਹਮਦਾਂ ਨੇ। ਜੇ ਉਹਨਾਂ ਹਮਦਾਂ ਦੇ ਉੱਤੋਂ ਦੁਨੀਆਂ ਨੂੰ ਸਾਰੀ ਨੂੰ ਇੰਟਰਪ੍ਰੈਟ ਕਰ ਰਹੇ ਹੋ ਤਾਂ ਵੀ ਕਰ ਸਕਦੇ, ਅਤੇ ਤੁਸੀਂ ਜਿਹੜੀ ਮੌਜੂਦ ਧਰਤੀ ਦੇ ਉੱਤੇ ਜੋ ਕੁਛ ਲਿਖਿਆ ਜਾ ਰਿਹਾ ਹੈ ਉਹਦੇ ਵਿੱਚ ਜੋ ਪੁਰਾਣਾ ਸਮਾਜ ਦੇ ਜਿਹੜੀਆਂ ਝਲਕੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੁਸੀਂ ਉਹ ਤੋਂ ਫਾਇਦਾ ਲੈ ਸਕਦੇ ਸੋ ਲੈ। ਲੇਕਿਨ ਕਿਉਂਕਿ ਤੁਹਾਨੂੰ ਜ਼ਬਾਨ ਆਉਂਦੀ ਨਹੀਂ ਸੀ, ਜ਼ਬਾਨ ਦੇ ਨਾਲ ਤੁਹਾਡਾ ਐਕਸਪੋਜ਼ਰ ਨਹੀਂ ਸੀ ਹੈਗਾ, ਇਸ ਵਾਸਤੇ ਤੁਸੀਂ ਉਹ ਤੋਂ ਫਾਇਦਾ ਨਹੀਂ ਲੈ ਸਕੇ, ਔਰ ਇਸ ਵਾਸਤੇ ਤੁਸੀਂ ਪੰਜਾਬ ਦੀ ਤਾਰੀਖ ਜਿਹੜੀ ਹੈ ਉਹ ਤੁਹਾਡੇ ਕੋਲੋਂ ਤੁਸੀਂ ਅੱਧੀ ਪਚੱਧੀ ਲਿਖੀ ਹੈ। ਅਤੇ ਇਸ ਲਈ ਮੈਂ ਇਹ ਸਮਝਣਾ ਕਿ ਇਹ ਜਿਹੜੀ ਅਸੀਂ ਤਾਰੀਖ ਲਿਖੀ ਹੈ ਇਹਦੇ ਵਿੱਚ ਅਸੀਂ ਜਿਹੜੀ ਹੈ ਅੱਜ ਦਾ ਜਿਹੜਾ 11ਵੀਂ ਸਦੀ ਤੋਂ ਬਾਅਦ ਜਿਹੜਾ ਲਿਟਰੇਚਰ ਲਿਖਿਆ ਗਿਆ ਅਸੀਂ ਉਹ ਤੋਂ ਵੀ ਲਾਭ ਲਿਆ। ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਮੈਂ ਪਹਿਲੇ ਤੁਹਾਨੂੰ ਕਿਹਾ ਕਿ ਪਸ਼ੂ ਪਾਲ ਸਮਾਜ ਸੀ ਵੈਸਟਰਨ ਪੰਜਾਬ ਦੇ ਵਿੱਚ, ਤੁਸੀਂ ਹੁਣ ਦੇਖੋ ਖਾਜਾ ਫਰੀਦ ਜਿਹੜੇ ਨੇ, ਖਾਜਾ ਗੁਲਾਮ ਫਰੀਦ, ਉਹ ਤਕਰੀਬਨ 20ਵੀਂ ਸਦੀ ਦੇ ਸ਼ਾਇਰ ਨੇ, ਹੁਣ ਦੀ ਗੱਲ ਹੈ।
ਲੇਕਿਨ ਤੁਸੀਂ ਹੈਰਾਨ ਹੋਵੋਗੇ ਕਿ ਖਾਜਾ ਫਰੀਦ ਦੀ ਪੂਰੀ ਸ਼ਾਇਰੀ 'ਚ ਐਗਰੀਕਲਚਰ ਦੇ ਸਿੰਬਲਸ ਨਹੀਂ ਹੈਗੇ। ਹਾਂ ਠੀਕ ਹੈ, ਪੂਰੇ ਜਿਹੜੇ ਸਾਰੇ ਸਿੰਬਲਸ ਨੇ ਖਾਜਾ ਫਰੀਦ ਦੇ ਉਹ ਤਕਰੀਬਨ ਪਸ਼ੂ ਪਾਲ ਸਮਾਜ ਦੇ ਨੇ। ਜਿਹੜੀਆਂ ਜਿਹੜੀਆਂ ਵਾਈ ਬੀਜੀ ਦੀਆਂ ਵਸਤਾਂ ਦਾ ਜ਼ਿਕਰ ਆਉਂਦਾ ਹੈ ਉਹ ਬਹੁਤ ਹੀ ਮਾਰਜਨਲ ਹੈ। ਮਤਲਬ ਸਬਰਬੀਆ 'ਚ ਹੈ, ਸਬਰਬੀਆ ਦੇ ਵਿੱਚ ਹੈ। ਫਿਰ ਇਹ ਵੀ ਹੈ ਕਿ ਤੁਸੀਂ ਅਗਰ 11ਵੀਂ ਸਦੀ ਦੇ ਬਾਬਾ ਫਰੀਦ ਦੀ ਜਿਹੜੀ ਹੈ ਉਹ ਪੜ੍ਹੋ ਸ਼ਾਇਰੀ, ਔਰ ਬਾਬਾ ਫਰੀਦ ਦੇ ਬਾਰੇ 'ਚ ਜੋ ਕੁਛ ਲਿਖਿਆ ਗਿਆ ਉਹ ਪੜ੍ਹੋ, ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ 11ਵੀਂ ਸਦੀ ਤੱਕ ਜਿਹੜੀ ਪੰਜਾਬ ਦੇ ਬਹੁਤ ਸਾਰੀ ਖਲਕਤ ਸੀ ਉਹ ਅਜੇ ਫੂਡ ਗੈਦਰਿੰਗ ਦੀ ਸਟੇਜ 'ਤੇ ਸੀ। ਮਤਲਬ ਉਹ ਜੰਗਲ ਤੋਂ ਖੁਰਾਕ ਜਮ੍ਹਾਂ ਕਰਕੇ ਖਾਂਦੀ ਸੀ। ਮਿਸਾਲ ਦੇ ਤੌਰ ਦੇ ਉੱਤੇ ਬਾਬਾ ਫਰੀਦ ਜਿਹੜੇ ਨੇ ਉਹਨਾਂ ਦੇ ਜਿਹੜੇ ਮੁਰੀਦ ਸਨ ਨਿਜ਼ਾਮਉਦੀਨ ਔਲੀਆ, ਉਹਨਾਂ ਨੇ ਜਿਹੜੀ ਉਹਨਾਂ ਦੀ ਜਿਹੜੀ ਡਾਇਰੀ ਹੈ ਫਵਾਇਦ ਉਲ ਫਵਾਇਦ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਬਾਬਾ ਫਰੀਦ ਦੀ ਜਿਹੜੀ ਦਰਗਾਹ ਸੀ ਉਹਦੇ ਉੱਤੇ ਆਮ ਤੌਰ 'ਤੇ ਡੇਲੇ ਉਬਾਲ ਕੇ ਖਾਧੇ ਜਾਂਦੇ ਸਨ। ਡੇਲੇ ਤੁਹਾਨੂੰ ਪਤਾ ਜੰਗਲ 'ਚ ਹੁੰਦੇ ਨੇ। ਅੱਛਾ, ਹੁਣ ਜੇ ਨਮਕ, ਈਵਨ ਨਮਕ ਦੇ ਨਾਲ ਹੀ ਬਸ, ਅਤੇ ਨਮਕ ਵੀ ਜਿਹੜੀ ਹੈ ਉਹ ਵੀ ਨਹੀਂ ਸੀ ਮਿਲਦਾ। ਕਹਿੰਦਾ ਜਿਸ ਦਿਨ ਡੇਲੇ ਢਿੱਡ ਭਰ ਕੇ ਮਿਲ ਜਾਂਦੇ ਸਨ ਤਾਂ ਉਹ ਈਦ ਹੁੰਦੀ ਸੀ ਸਾਡੇ ਲਈ। ਇਹਦਾ ਮਤਲਬ ਹੈ ਕਿ ਆਮ ਤੌਰ 'ਤੇ ਡੇਲੇ ਵੀ ਨਹੀਂ ਸੀ ਮਿਲਦੇ। ਅਤੇ ਜੇ ਆਪਣਾ ਬਾਬਾ ਫਰੀਦ ਜਿਨ੍ਹਾਂ ਦੀ ਇੰਨੀ ਮਾਨਤਾ ਸੀ, ਜੇ ਉਹ ਅਜੇ ਖੁਰਾਕ ਬਾਹਰੋਂ ਜੰਗਲ ਤੋਂ ਇਕੱਠੀ ਕਰਕੇ ਅਤੇ ਖਾ ਰਹੇ ਨੇ, ਤਾਂ ਇਹਦਾ ਮਤਲਬ ਹੈ ਕਿ ਬਹੁਤ ਸਾਰੀ ਖਲਕਤ ਜਿਹੜੀ ਹੈ ਉਹ ਉਸਨੇ ਕਰ ਰਹੀ ਸੀ। ਸੋ ਇਹਦਾ ਮਤਲਬ ਹੋਇਆ ਕਿ ਪੰਜਾਬ ਦੀ ਉਸ ਵੇਲੇ ਵੀ ਬਹੁਤ ਸਾਰੀ ਸੁਸਾਇਟੀ ਜਿਹੜੀ ਸੀ ਉਹ ਬਹੁਤ ਪ੍ਰਿਮੇਟਿਵ ਪੀਰੀਅਡ 'ਚ ਰਹਿ ਰਹੀ ਸੀ। ਉਹ ਅਜੇ ਡੰਗਰ ਪਾਲਣ ਤੱਕ ਵੀ ਨਹੀਂ ਸੀ ਆਈ, ਅਜੇ ਯਾਨੀ ਜ਼ਰਾਤ 'ਤੇ ਬਹੁਤ ਅੱਗੇ ਦੀ ਗੱਲ ਹੈ। ਤੁਸੀਂ ਦੇਖੋ, ਤੁਸੀਂ ਬਾਬਾ ਫਰੀਦ ਨੂੰ ਦੇਖੋ, ਬਾਬਾ ਫਰੀਦ ਮਾਰਦ ਦੀ ਕੀ ਅਲਾਮਤ ਦੱਸਦੇ ਨੇ? ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੂਣ। ਯਾਨੀ ਜਿੰਨਾ ਕੋ ਆਟਾ ਬਹੁਤਾ ਹੈ ਉਹ ਅਮੀਰ ਲੋਕ ਨੇ। ਹੁਣ ਕੋਈ ਕਹਿ ਸਕਦਾ ਕਿ ਆਟੇ ਦੇ ਨਾਲ ਇਮਾਰਤ ਵਾਪੀ ਜਾ ਸਕਦੀ ਹੈ, ਲੇਕਿਨ ਇਹ ਹੈ ਕਿ ਜਿਹੜਾ ਉਹਨਾਂ ਦਾ ਵੇਲਾ ਸੀ ਜਦੋਂ ਕਿ ਆਮ ਬੰਦਾ ਡੇਲੇ ਖਾ ਕੇ ਗੁਜ਼ਾਰਾ ਕਰਦਾ ਸੀ ਉਦੋਂ ਸੀ। ਜਿਵੇਂ ਵੀ ਸ਼ੁਰੂ 'ਚ ਵੀ ਇਹੀ ਗੱਲ ਕੀਤੀ ਨਾ ਕਿ ਇੱਕ ਪਾਸੇ ਪਸ਼ੂ ਪਾਲ ਸਨ ਔਰ ਇੱਕ ਪਾਸੇ ਵਾਈ ਬੀਜੀ ਵਾਲੇ ਸਨ, ਤਾਂ ਵਾਈ ਬੀਜੀ ਵਾਲੇ ਵੀ ਬੜੇ ਸਮਝੇ ਜਾ ਰਹੇ ਸਨ, ਬੜੇ ਅਮੀਰ ਸਮਝੇ ਜਾਂਦੇ ਨੇ, ਅਮੀਰ ਸਮਝ ਜਾਂਦੇ ਸਨ। ਲੇਕਿਨ ਇਹ ਹੈ ਕਿ ਜਿਹੜੀ ਵਾਈ ਬੀਜੀ ਸੀ ਉਹਦੇ 'ਚ ਕਿਉਂਕਿ ਪਸ਼ੂ ਵੀ ਨਾਲ ਪਾਲੇ ਜਾਂਦੇ ਹਨ ਨਾ, ਕਿਉਂਕਿ ਜਿੰਨਾ ਚਿਰ ਤੱਕ ਪਸ਼ੂ ਨਾ ਹੋਣ ਨਾਲ ਉਹਨਾਂ ਚਿਰ ਤੱਕ ਤਾਂ ਵਾਈ ਬੀਜੀ ਹੁੰਦੀ ਨਹੀਂ ਹੈ ਨਾ, ਤਾਂ ਉਹ 'ਚ ਦੋਨੇ ਕੰਮ ਹੋ ਰਹੇ ਹੁੰਦੇ ਨੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਸ ਪੁਆਇੰਟ ਇਹ ਹੈ ਕਿ ਜੇ ਪੰਜਾਬੀ ਸ਼ਾਇਰੀ ਜਿਹੜੀ ਪੰਜਾਬੀ ਦੇ ਵਿੱਚ ਜਿਹੜੀਆਂ ਲਿਖਤਾਂ ਲਿਖੀਆਂ ਗਈਆਂ ਜਦੋਂ ਵੀ ਲਿਖੀਆਂ ਗਈਆਂ 11ਵੀਂ ਸਦੀ ਜਾਂ 11ਵੀਂ ਸਦੀ ਤੋਂ ਬਾਅਦ, ਜੇ ਤੁਸੀਂ ਉਹਨਾਂ ਨੂੰ ਵੀ ਗੌਰ ਨਾਲ ਪੜ੍ਹੋ ਜਾਂ ਉਹਨਾਂ ਤੋਂ ਲੱਭੋ, ਤਾਂ ਜਿਹੜਾ ਕਦੀਮ ਪੰਜਾਬ ਹੈ, ਕਬਲ ਮਸੀਹ ਦਾ ਜਿਹੜਾ ਪੰਜਾਬ ਹੈ, ਉਹਦੀਆਂ ਬਹੁਤ ਸਾਰੀਆਂ ਸ਼ਹਾਦਤਾਂ ਤੁਹਾਨੂੰ ਉੱਥੋਂ ਲੱਭ ਸਕਦੀਆਂ ਸਨ। ਔਰ ਇਹਨਾਂ ਦਾ ਪ੍ਰੋਬਲਮ ਇਹ ਸੀ ਕਿ ਇਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ ਸੀ, ਇਸ ਲਈ ਇਹਨਾਂ ਦਾ ਪ੍ਰੋਬਲਮ ਇਹ ਸੀ। ਹਾਂ, ਇਹਨਾਂ ਦਾ ਪ੍ਰੋਬਲਮ ਇਹ ਸੀ ਕਿ ਇੱਕ ਤਾਂ ਇਹ ਜਿਹੜੀ ਗਰਾਊਂਡ ਰਿਐਲਿਟੀ ਸੀ ਲੋਕਾਂ ਦੀ ਉਦੋਂ ਡਿਟੈਚ, ਮਸਲ ਮਿਸਾਲ ਦੇ ਤੌਰ ਦੇ ਉੱਤੇ ਜਦੋਂ ਤੱਕ ਮੈਂ ਪਿੰਡ 'ਚ ਰਹਿੰਦਾ ਸਾਂ ਉਦੋਂ ਤੱਕ ਪਿੰਡ ਦੇ ਜਿਹੜੇ ਘਰ ਨੇ ਉਹ ਗਾਰੇ ਦੇ ਬਣੇ ਹੁੰਦੇ ਸਨ, ਛੱਤਾਂ ਜਿਹੜੀਆਂ ਨੇ ਉਹ ਕੁਦਰਤੀ ਲੱਕੜੀ ਦੀਆਂ ਹੁੰਦੀਆਂ ਸਨ, ਠੀਕ ਹੈ, ਔਰ ਡੰਗਰਾਂ ਵਗੈਰਾ ਲਈ ਐਨੀਮਲਸ ਲਈ ਛੱਪਰ ਪਾਏ ਜਾਂਦੇ ਸਨ, ਉਹਨਾਂ ਦੇ ਥੱਲੇ ਉਹਨਾਂ ਨੂੰ ਬੰਨਿਆ ਜਾਂਦਾ ਸੀ, ਔਰ ਸੀਵਰੇਜ ਦਾ ਕੋਈ ਸਿਸਟਮ ਨਹੀਂ ਸੀ ਹੈਗਾ ਪਿੰਡਾਂ 'ਚ, ਬਲਕਿ ਸੀਵਰੇਜ ਦਾ ਇਹ ਸੀ ਕਿ ਸੀਵਰੇਜ ਦਾ ਤਾਂ ਇੰਨੀ ਕਾਨਸ਼ੀਅਸਨੈਸ ਸੀ ਲੋਅ ਸੀ ਲੋਕਾਂ ਦੀ ਕਿ ਆਮ ਤੌਰ 'ਤੇ ਘਰਾਂ ਦੇ ਵਿੱਚ ਔਰਤਾਂ ਦੇ ਪਿਸ਼ਾਬ ਕਰਨ ਲਈ ਇੱਕ ਜਗ੍ਹਾ ਬਣਦੀ ਸੀ ਜਿਹਨੂੰ ਖੁਰਾ ਕਹਿੰਦੇ ਸਨ, ਅਤੇ ਉਹ ਖੁਰੇ ਦੇ ਵਿੱਚ ਹੀ ਪਿਸ਼ਾਬ ਹੁੰਦਾ ਸੀ, ਉਸ ਖੁਰੇ ਦੇ ਵਿੱਚ ਹੀ ਪੀਣ ਵਾਲੇ ਪਾਣੀ ਦੇ ਜਿਹੜੇ ਨੇ ਘੜੇ ਰੱਖੇ ਜਾਂਦੇ ਸਨ। ਅਤੇ ਉਹ ਤੁਸੀਂ ਦੇਖੋ ਕਿ ਸੀਵਰੇਜ ਦਾ ਕੋਈ ਸਿਸਟਮ ਨਹੀਂ ਸੀ ਹੈਗਾ ਵਗੈਰਾ ਵਗੈਰਾ। ਅਤੇ ਜੇ ਹੜੱਪੇ ਦੇ ਵਿੱਚ ਜੇ ਅਸੀਂ ਵਾਪਸ ਹੜੱਪੇ ਅਤੇ ਮੰਜੂਦਾੜੋ ਦੇ ਵਿੱਚ ਜਾਈਏ, ਫੁੱਲ ਡਿਵੈਲਪ ਸੀ, ਅਤੇ ਪੂਰਾ ਫੁੱਲ ਡਿਵੈਲਪ ਸੀ। ਇਹਦਾ ਮਤਲਬ ਇਹ ਹੈ ਕਿ ਜਦੋਂ ਹੜੱਪਾ ਦੀ ਤਹਿਜ਼ੀਬ ਫੁੱਲ ਅਰੂਜ 'ਤੇ ਸੀ, ਅਤੇ ਜਦੋਂ ਉਹਦੇ ਇਰਦ ਗਿਰਦ ਜਿਹੜੀਆਂ ਬਸਤੀਆਂ ਸਨ ਬਸੀਆਂ ਹੋਈਆਂ, ਉਹਨਾਂ ਦੀ ਜਿਹੜੀ ਹਾਲਤ ਸੀ ਉਹ 2-2.5 ਹਜ਼ਾਰ ਸਾਲ ਤੱਕ ਨਹੀਂ ਬਦਲੀ। ਇਸ ਲਈ ਤੁਸੀਂ ਉਹਨੂੰ
ਉਹਨੂੰ ਦੇਖ ਕੇ ਵੀ ਅੰਦਾਜ਼ਾ ਲਾ ਸਕਦੇ ਸੋ, ਮਤਲਬ ਇਹ ਜਿਹੜੇ ਮਕਾਨ ਬਣਦੇ ਸਨ, ਮੈਂ ਜਿਹਨਾਂ ਮਕਾਨਾਂ ਦੇ ਵਿੱਚ ਰਿਹਾ, ਇਹਨਾਂ ਮਕਾਨਾਂ ਦੇ ਵਿੱਚ ਤੁਸੀਂ ਵੇਖੋ ਕਿ ਬਾਰੀ ਨਹੀਂ, ਅਲਮਾਰੀ ਖਿੜਕੀ ਨਹੀਂ ਸੀ ਹੁੰਦੀ, ਖਿੜਕੀ ਦਾ ਕੋਈ ਸਬਰ ਨਹੀਂ ਸੀ ਹੈਗਾ, ਖਿੜਕੀ ਦਾ ਸਬਰ ਬਹੁਤ ਬਾਅਦ 'ਚ ਹੈ। ਅਤੇ ਮਤਲਬ ਇਹ ਹੈ ਕਿ ਜ਼ਾਹਰ ਗੱਲ ਹੈ ਉਹ ਕਿਉਂ ਨਹੀਂ ਸੀ ਹੈਗਾ, ਕਿਸ ਵਜ੍ਹਾ ਤੋਂ ਨਹੀਂ ਸੀ ਹੈਗਾ, ਇਹਦੀ ਵਜ੍ਹਾ ਕੋਈ ਕਦੀਮ ਪੰਜਾਬ ਦੇ ਵਿੱਚ ਹੀ ਹੋਏਗੀ ਨਾ, ਇਹਦੀ ਵਜ੍ਹਾ ਕੋਈ ਨਵੀਂ ਤਾਂ ਨਹੀਂ ਹੋ ਸਕਦੀ। ਹੁਣ ਤਾਂ ਸਭ ਨੂੰ ਪਤਾ ਘਰ 'ਚ ਖਿੜਕੀਆਂ ਹੋਣੀਆਂ ਚਾਹੀਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਕਰ ਰਹੇ ਹੋ ਵੇਦਾਂ ਤੋਂ ਇੰਟਰਪ੍ਰੀਟੇਸ਼ਨ ਸਿਰਫ, ਔਰ ਸਿਰਫ ਤੁਸੀਂ ਬਾਹਰੋਂ ਬਹਿ ਕੇ ਵੇਖ ਰਹੇ ਹੋ, ਅਤੇ ਤੁਸੀਂ ਹਿਸਟਰੀ ਭਾਵੇਂ, ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਲੋਕਲ ਹੋ ਜਾਂ ਨਹੀਂ ਲੋਕਲ, ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ, ਤੁਸੀਂ ਬਾਹਰ ਬਹਿ ਕੇ ਵੀ ਕਿਸੇ ਮੁਲਕ ਦੇ ਬਾਰੇ 'ਚ ਰਿਸਰਚ, ਇਹਦੇ 'ਤੇ ਵੀ ਰਿਸਰਚ ਹੋਣੀ ਚਾਹੀਦੀ ਸੀ ਇਸ ਤਰ੍ਹਾਂ ਪੰਜਾਬ ਦੇ। ਮੈਂ ਸਮਝਣਾ ਕਿ ਰਿਸਰਚ ਦਾ ਜਿਹੜਾ ਤਾਰੀਖ ਦਾ ਬੁਨਿਆਦੀ ਮਟੀਰੀਅਲ ਸੀ ਉਹ ਇਹਨਾਂ ਜ਼ਰੀਏ ਤੋਂ ਆਉਣਾ ਸੀ, ਔਰ ਇਹ ਜ਼ਰੀਏ ਜਿਹੜੇ ਨੇ ਇਹਨਾਂ ਨੂੰ ਵਰਤਿਆ ਨਹੀਂ ਗਿਆ, ਜਿਹਦੀ ਵਜ੍ਹਾ ਤੋਂ ਜਿਹੜੀ ਤਾਰੀਖ ਲਿਖੀ ਗਈ ਉਹ ਤਾਰੀਖ ਖਿਆਲੀ ਕਹਾਣੀਆਂ ਔਰ ਸਟੋਰੀਆਂ ਸਨ, ਉਹਨਾਂ ਵਿੱਚ ਅਸਲੀਅਤ ਬਹੁਤ ਘੱਟ ਸੀਗੀ। ਔਰ ਸਿਰਫ ਜਿਹੜੀ ਮਿਸਾਲ ਦੇ ਤੌਰ 'ਤੇ ਤੁਸੀਂ ਅਗਰ ਵੇਦਾਂ ਨੂੰ ਲੈ ਲਓ, ਅਤੇ ਵੇਦ ਤਾਂ ਹਮਦਾ ਨੇ ਜਿਹ 'ਚ ਜਿਵੇਂ ਹਰ ਮਜ਼ਹਬ ਦੇ ਵਿੱਚ ਜਿਵੇਂ ਆਪਣੇ ਜਿਹਦੀ ਪੂਜਾ ਕੀਤੀ ਜਾਂਦੀ ਹੈ ਉਹਨੂੰ ਵਧਾ ਚੜਾ ਚੜ੍ਹਾ ਕੇ ਦੱਸਿਆ ਜਾਂਦਾ, ਸੁਸਾਇਟੀ ਦੇ ਬਾਰੇ 'ਚ ਜੋ ਉਹਦੇ ਵਿੱਚ ਕਿਹਾ ਗਿਆ ਉਹਦੇ ਬਹੁਤ ਇਨਡਾਇਰੈਕਟ ਇਸ਼ਾਰੇ ਨੇ, ਉਹ ਕੋਈ ਡਾਇਰੈਕਟ ਨਹੀਂ ਕਿਹਾ ਗਿਆ ਕਿ ਸੁਸਾਇਟੀ ਕਿਵੇਂ ਬਣੀ ਹੋਈ ਸੀਗੀ, ਉਹ ਤਾਂ ਇਨਡਾਇਰੈਕਟ ਇਸ਼ਾਰੇ ਨੇ, ਉਹਨੇ ਇਨਡਾਇਰੈਕਟ ਇਸ਼ਾਰੇ। ਲੇਕਿਨ ਇਹ ਕਿ ਜੋ ਬਾਬਾ ਫਰੀਦ ਤੋਂ ਲੈ ਕੇ ਖਾਜਾ ਫਰੀਦ ਤੱਕ ਜੋ ਵੀ ਲਿਖਿਆ ਜਾ ਰਿਹਾ ਸੀ ਉਹ ਤਾਂ ਉਸ ਟਾਈਮ ਜੋ ਚੱਲ ਰਿਹਾ ਸੀ, ਜੋ ਰਹਿਤਲ ਸੀ ਉਹਦੇ ਬਾਰੇ ਲਿਖਿਆ ਜਾ ਰਿਹਾ, ਉਹਦੇ ਬਾਰੇ ਡਾਇਰੈਕਟ ਲਿਖਿਆ ਜਾ ਰਿਹਾ ਸੀ। ਹਾਂ, ਮਤਲਬ ਇਹ ਕਿ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਵੇਖੋ ਕਿ ਜਿਹੜਾ ਪੁਰਾਣਾ ਜਿਹੜਾ ਕਬਲ ਮਸੀਹ ਦਾ ਜਿਹੜਾ ਨਿਜ਼ਾਮ ਸੀਗਾ ਕਬੀਲਿਆਂ ਦਾ, ਉਹਦੇ ਵਿੱਚ ਸਾਰਾ ਕਬੀਲਾ ਮਿਲ ਕੇ ਫੈਸਲੇ ਕਰਦਾ ਸੀ, ਠੀਕ, ਮਤਲਬ ਬੰਦੇ ਦਾ ਇੰਡੀਵਿਜੁਅਲ ਫੈਸਲਾ ਨਹੀਂ ਸੀ ਹੁੰਦਾ। ਜੇ ਕਿਸੇ ਦਾ ਵਿਆਹ ਵੀ ਹੋਣਾ ਹੈ ਜਾਂ ਨਹੀਂ ਹੋਣਾ ਜਾਂ ਕੋਈ ਵੀ ਕੰਮ ਹੋਣਾ, ਤਾਂ ਸਾਰੇ ਕਬੀਲੇ ਨੇ ਇਕੱਠਿਆਂ ਹੋ ਕੇ ਅਤੇ ਉਹਦੀ ਕਰਨੀ ਹੈ ਫੈਸਲਾ। ਅੱਛਾ, ਹੁਣ ਇਸ ਗੱਲ ਦਾ ਤੁਸੀਂ ਇਹ ਕਬੀਲੇ 'ਚ ਇਵੇਂ ਗੱਲ ਹੁੰਦੀ ਸੀਗੀ, ਇਹਦਾ ਤੁਸੀਂ ਇਸ ਗੱਲ ਦਾ ਸਬੂਤ ਕੀ ਹੈ ਤੁਹਾਡੇ ਕੋਲ? ਮਤਲਬ ਵੈਸੇ ਤਾਂ ਕਹਾਣੀ ਹੈ ਨਾ ਵੀ, ਮਤਲਬ ਕੋਈ ਕੋਈ ਕਹੇਗਾ ਕਿ ਯਾਰ ਇਵੇਂ ਕਿਵੇਂ ਹੋ ਸਕਦਾ ਕਿ ਕਬੀਲਾ ਬਹਿ ਕੇ ਅਤੇ ਕਿਸੇ ਦੇ ਕੁੜੀ ਮੁੰਡੇ ਦਾ ਵਿਆਹ ਦਾ ਫੈਸਲਾ ਕਰ ਰਿਹਾ ਹੋਵੇ? ਲੋਕ ਤਾਂ ਆਪੇ ਫੈਸਲਾ ਕਰਦੇ ਨੇ, ਆਪਣੇ ਟੱਬਰ ਆਪੇ ਕਰਦਾ ਫੈਸਲਾ, ਅਤੇ ਫਿਰ ਇਹਦਾ ਸਬੂਤ ਦਿਓ ਨਾ ਕੋਈ। ਹੁਣ ਤੁਸੀਂ ਦੇਖੋ ਕਿ ਹੀਰਾਂਝੇ ਦੀ ਕਹਾਣੀ ਵਿੱਚ ਦੋ ਰਾਈਟਰਸ ਨੇ ਲਿਖਿਆ, ਪਹਿਲੇ ਲਿਖਿਆ ਆਪਣਾ ਦਮੋਦਰ ਦਾਸ ਨੇ, ਫਿਰ ਵਾਰਿਸ ਸ਼ਾਹ ਨੇ ਲਿਖਿਆ। ਦਮੋਦਰ ਦਾਸ ਨੇ 16ਵੀਂ ਸਦੀ 'ਚ ਲਿਖਿਆ। ਦਮੋਦਰ ਦਾਸ ਦੇ ਵਿੱਚ ਵੀ ਜਿਹੜਾ ਹੀਰ ਦਾ ਕਬੀਲਾ ਹੈ ਸਿਆਲ, ਉਹ ਜਦੋਂ ਹੀਰ ਜਵਾਨ ਹੁੰਦੀ ਹੈ ਅਤੇ ਉਹ ਪੂਰਾ ਕਬੀਲਾ ਇਕੱਠਾ ਹੁੰਦਾ ਹੈ, ਔਰ ਉਹ ਆ ਕੇ ਉਹਨੂੰ ਕਹਿੰਦਾ ਉਹਦੇ ਪਿਓ ਨੂੰ ਕਿ ਇਹਦਾ ਹੁਣ ਵਿਆਹ ਕਰ, ਔਰ ਇਹ ਵੀ ਦੱਸਦਾ ਕਿ ਇਹਦਾ ਵਿਆਹ ਕਿੱਥੇ ਹੋਣਾ ਚਾਹੀਦਾ, ਇੱਥੋਂ ਤੱਕ ਫੈਸਲਾ ਕਰਦਾ। ਅੱਛਾ, ਫਿਰ ਤੁਸੀਂ ਦੇਖੋ ਕਿ ਜਿਹੜਾ ਰਾਂਝੇ ਦਾ ਪਿਓ ਹੈ, ਰਾਂਝੇ ਦਾ ਜਿਹੜਾ ਪਿਓ ਹੈ, ਇਹ ਮੈਂ ਦਮੋਦਰ ਦਾਸ ਦੀ ਗੱਲ ਕਰ ਰਿਹਾ, ਜਿਹੜਾ ਰਾਂਝੇ ਦਾ ਪਿਓ ਹੈ ਉਹਨੂੰ ਪਤਾ ਹੈ ਕਿ ਉਹਦੇ ਜਿਹੜੇ ਦੂਜੇ ਪੁੱਤਰ ਨੇ ਉਹ ਰਾਂਝੇ ਨੂੰ ਮਾਰ ਦੇਣਾ ਚਾਹੁੰਦੇ ਨੇ, ਉਹਦੀ ਪ੍ਰੋਟੈਕਸ਼ਨ ਚਾਹੁੰਦਾ ਅਤੇ ਉਹਦੀ ਆਪਣੀ ਜ਼ਿੰਦਗੀ 'ਚ ਉਹਦੀ ਮੰਗਣੀ ਕਿਸੇ ਹੋਰ ਰਾਠ ਦੀ ਕੁੜੀ ਨਾਲ ਕਰਦਾ ਹੈ ਜਿਹਦਾ ਨਾਮ ਮੁਅੱਜ਼ਮ ਹੈ, ਠੀਕ ਹੈ, ਰਾਠ ਦਾ। ਜਦੋਂ ਇਹਦਾ ਪਿਓ ਉਹਦੇ ਕੋਲ ਸੱਦਾ ਭੇਜਦਾ ਮੁਅੱਜ਼ਮ ਕੋਲ, ਰਾਂਝੇ ਦਾ ਪਿਓ, ਅਤੇ ਉਹ ਜਿਹੜਾ ਰਾਠ ਹੈ ਉਹ ਆਪਣੇ ਪੂਰੇ ਕਬੀਲੇ ਨੂੰ ਜਮ੍ਹਾਂ ਕਰਦਾ ਔਰ ਉਹਦੇ ਸਾਹਮਣੇ ਰੱਖ ਦਿੰਦਾ ਉਹ ਖਾਤ ਕਿ ਇਹ ਖਾਤ ਆਇਆ ਇਹਦਾ ਹੁਣ ਫੈਸਲਾ ਕਰ ਲਓ ਤੁਸੀਂ, ਮਤਲਬ ਉੱਥੇ ਵੀ ਫੈਸਲਾ ਜਿਹੜਾ ਉਹ ਕਬੀਲਾ ਕਰ ਰਿਹਾ। ਅੱਛਾ, 18ਵੀਂ ਸਦੀ ਦਾ ਵਾਰਿਸ ਸ਼ਾਹ ਜਦੋਂ ਲਿਖਦਾ ਆਪਣਾ ਜਿਹੜੀ ਹੀਰ ਲਿਖਦਾ ਅਤੇ ਉਹ ਵੀ ਉਸੇ ਰੀਤ ਦੇ ਉੱਤੇ ਚੱਲ ਰਿਹਾ ਕਿ ਜਦੋਂ ਹੀਰ ਦੇ ਵਿਆਹ ਦਾ ਮੌਕਾ ਆਉਂਦਾ ਅਤੇ ਸਿਆਲਾਂ ਦੀ ਮਜਲਿਸ ਲੱਗਦੀ ਹੈ ਔਰ ਜਿਹੜਾ ਹੀਰ ਦਾ ਪਿਓ ਚੂਚਕ ਹੈ ਉਹ ਕਹਿੰਦਾ ਕਿ ਵੀ ਮੈਨੂੰ ਕੋਈ ਪਤਾ ਨਹੀਂ ਹੈਗਾ, ਤੁਸੀਂ ਕਹੋ ਤਾਂ ਮੈਂ ਰਾਂਝੇ ਦੇ ਨਾਲ ਵਿਆਹ ਦਿੰਦਾ, ਤੁਸੀਂ ਕਹੋ ਤਾਂ ਜੋ ਕੋਈ ਹੋਰ ਬਾਹਰ ਰਿਸ਼ਤਾ ਲੱਭਣਾ ਅਤੇ ਬਾਹਰੋਂ ਲੱਭ ਲੈਂਦੇ ਹਾਂ।
ਅਤੇ ਇਹ ਜਿਹੜੀ ਸਿਆਲਾਂ ਦੀ ਜਿਹੜੀ ਸੱਥ ਹੈ ਪਰਿਆ ਉਹ ਫੈਸਲਾ ਕਰਦੀ ਹੈ ਕਿ ਅਸੀਂ ਰਾਂਝੇ ਦੇ ਨਾਲ ਨਹੀਂ ਵਿਆਉਣਾ, ਇਹਨੂੰ ਅਸੀਂ ਕਿਸੇ ਹੋਰ ਸਰਦਾਰਾਂ ਦੇ ਘਰ 'ਚ ਵਿਆਉਣਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਤੁਸੀਂ ਉਸ ਪੁਰਾਣੇ ਕਬਾਇਲੀ ਨਿਜ਼ਾਮ ਦੀ ਸ਼ਹਾਦਤ ਲੈਣੀ ਸੀ ਕਿਤੋਂ ਮਿਲ ਸਕਦੀ ਅਤੇ ਤੁਹਾਨੂੰ ਉਹ ਪੰਜਾਬੀ ਲਿਟਰੇਚਰ ਵਿੱਚੋਂ ਮਿਲ ਸਕਦੀ ਸੀ, ਲੇਕਿਨ ਕਿਉਂਕਿ ਤੁਸੀਂ ਜਾਣਦੇ ਨਹੀਂ ਉਹ ਪੰਜਾਬੀ ਲਿਟਰੇਚਰ ਨੂੰ, ਇਸ ਲਈ ਤੁਸੀਂ ਉਹਨੂੰ ਔਥੈਂਟੀਕੇਟ ਨਹੀਂ ਕਰ ਸਕਦੇ। ਸੋ ਮੇਰਾ ਆਪਣਾ ਇਹ ਖਿਆਲ ਹੈ ਕਿ ਇਹ ਜਿਹੜੇ ਸਾਰੇ ਜ਼ਰੀਏ ਜਿਹੜੇ ਅਸੀਂ ਵਰਤ ਸਕਦੇ ਸਾਂ ਅਸੀਂ ਉਹ ਹੁਣ ਵਰਤੇ ਨੇ। ਹਾਂ, ਅੱਛਾ, ਇਹਦੇ 'ਚ ਮੈਨੂੰ ਵੀ ਇੱਕ ਖਿਆਲ ਐਸਾ ਖਿਆਲ ਆ ਰਿਹਾ ਕਿ ਇਹ ਜਿੰਨਾ ਵੀ ਜਦੋਂ ਪੰਜਾਬ ਦੀ ਪੋਇਟਰੀ ਪੰਜਾਬੀ ਪੋਇਟਰੀ ਪੜ੍ਹੀ ਜਾਂਦੀ ਹੈ ਉਹਦੇ 'ਚ ਵੀ ਉਹਨੂੰ ਐਜ਼ ਆ ਹਿਸਟਰੀ ਦਾ ਐਵੀਡੈਂਸ ਦੇ ਤੌਰ 'ਤੇ ਨਹੀਂ ਲਿਆ ਜਾ ਰਿਹਾ ਹੁੰਦਾ ਕਿ ਬਈ ਅੱਛਾ ਇਹ ਉਸ ਟਾਈਮ ਹੋ ਰਿਹਾ ਸੀ, ਉਹਨੂੰ ਸਿਰਫ ਇੱਕ ਪੋਇਟਰੀ ਦੇ ਔਰ ਸ਼ੌਕ ਦੇ ਔਰ ਲਵ ਪੋਇਟਰੀ ਦੇ ਹਵਾਲੇ ਦੇ ਨਾਲ ਦੇਖਿਆ ਜਾਂਦਾ ਰਿਹਾ। ਹਾਂ ਹਾਂ, ਉਹ ਇਹ ਵੀ ਸਾਡੇ ਕੋਲ ਵੀ ਇਹੀ ਮਸਲਾ ਰਿਹਾ ਨਾ ਕਿ ਅਸੀਂ ਉਸਨੂੰ ਵੀ ਐਜ਼ ਏ ਐਵੀਡੈਂਸ ਸਮਝ ਕੇ ਨਹੀਂ ਕਿਹਾ ਕਿ ਯਾਰ ਅੱਛਾ ਯਾਰ ਇਹ ਚੱਲ ਰਿਹਾ ਸੀ ਅਤੇ ਹਾਲੇ ਵੀ ਇਹੀ ਹੋ ਰਿਹਾ, ਜਾਂ ਅਗਰ ਕੋਈ ਚੇਂਜ ਹੋਇਆ ਤਾਂ ਕਿੰਨਾ ਕੁ ਹੋਇਆ। ਹਾਂ ਬਿਲਕੁਲ ਇੰਝ ਹੀ ਹੈ, ਕਿਉਂਕਿ ਸਾਡਾ ਤਾਂ ਅਸੀਂ ਜਿਹੜੇ ਹੈ ਨਾ ਅਸੀਂ ਤਾਂ ਜਿਹੜੀ ਜਿਵੇਂ ਦੇਖ ਰਹੇ ਸਨ ਨਾ, ਜਿਵੇਂ ਸਾਨੂੰ ਮੇਰੇ ਪਿੰਡ ਦੇ ਲਾਗੇ ਹੜੱਪਾ ਹੈ, 30 ਮੀਲ ਦੂਰ ਹੈ ਮੇਰੇ ਪਿੰਡ ਤੋਂ, ਮੇਰੇ ਪਿੰਡ ਦੇ ਕਦੀ ਕਿਸੇ ਬੰਦੇ ਨੇ ਜਾ ਕੇ ਹੜੱਪਾ ਜਾਂ ਮੈਂ ਹੜੱਪਾ ਜਾ ਕੇ ਨਹੀਂ ਵੇਖਿਆ ਕਿ ਕੋਈ ਬੜੀ ਕਿਸੇ ਤਹਿਜ਼ੀਬ ਦਾ ਗੜ੍ਹ ਸੀ, ਇਵੇਂ ਕਿਸੇ ਨੂੰ ਨਹੀਂ ਪਤਾ, ਉੱਥੇ ਰਹਿਣ ਵਾਲਿਆਂ ਨੂੰ ਨਹੀਂ ਪਤਾ। ਕਿਉਂ? ਕਿਉਂਕਿ ਸਭ ਨਜ਼ਰਿਆਤੀ ਤੌਰ 'ਤੇ ਤਾਂ ਇਹ ਮੰਨਦੇ ਨੇ ਕਿ ਖਲਕਤ ਕ੍ਰੀਏਟ ਹੀ ਹੋਰ ਤਰ੍ਹਾਂ ਹੋਈ ਹੈ। ਇਹ ਤਾਂ ਜਿਹੜੀ ਇਹ ਪੜ੍ਹਾਈ ਹੈ ਲਿਟਰੇਚਰ ਦੀ, ਜਿਹੜੀ ਸਾਰੀ ਪੰਜਾਬੀ ਔਰ ਬਾਕੀ ਦੁਨੀਆ ਦੇ ਲਿਟਰੇਚਰਾਂ ਦੀ ਵੀ, ਉਹਨੂੰ ਪੜ੍ਹਨ ਦਾ ਵੀ ਤਾਂ ਇੱਕ ਆਪਣਾ ਤਰੀਕਾ ਹੈ ਨਾ ਕਿ ਦੇਖਿਆ ਜਾਏ ਕੁਝ ਸ਼ਹਾਦਤਾਂ ਕੀ ਨੇ ਸੁਸਾਇਟੀ ਦੇ ਬਾਰੇ 'ਚ, ਸੁਸਾਇਟੀ ਦੇ ਬਾਰੇ 'ਚ ਕਿਆ ਕੀ ਜਾ ਰਿਹਾ, ਕਿਸ ਮੰਜ਼ਿਲ 'ਤੇ ਸੁਸਾਇਟੀ 'ਚ ਕੀ ਹੋ ਰਿਹਾ ਸੀ। ਸੋ ਅਸੀਂ ਜਦੋਂ ਪੰਜਾਬ ਦੀ ਤਾਰੀਖ ਜਿਹੜੀ ਹੈ ਉਹ ਬਿਆਨ ਕੀਤੀ ਹੈ ਤਾਂ ਅਸੀਂ ਪੰਜਾਬੀ ਦੇ ਵਿੱਚ ਜੋ ਕੁਛ ਮੌਜੂਦ ਸੀ ਉਹਨੂੰ ਵੀ ਵਰਤਿਆ, ਲੇਕਿਨ ਇਹ ਹੈ ਕਿ ਅਸੀਂ ਉਹਦੇ ਉੱਤੇ ਬੇਸ ਨਹੀਂ ਕੀਤੀ ਪੂਰੀ ਹਿਸਟਰੀ। ਇਹ ਗੱਲ ਯਾਦ ਰਹੇ, ਅਸੀਂ ਬਾਕੀ ਜਿਹੜੀ ਦੁਨੀਆ ਦੇ ਵਿੱਚ ਰਿਸਰਚ ਹੋਈ ਹੈ, ਦੁਨੀਆ ਦੀ ਬਾਕੀ ਲੋਕਾਂ ਨੇ ਜਿਹੜੀ ਰਿਸਰਚ ਕੀਤੀ ਹੈ, ਭਾਵੇਂ ਉਹ ਖੁਦਾਈਆਂ ਦੇ ਨਾਲ ਹੋਈ, ਭਾਵੇਂ ਉਹ ਜੈਨੈਟਿਕਸ ਦੇ ਨਾਲ ਹੋਈ, ਭਾਵੇਂ ਉਹ ਦੂਜੀਆਂ ਸਟੱਡੀਜ਼ ਨਾਲ, ਆਰਕਿਓਲੋਜੀਕਲ ਸਟੱਡੀਜ਼ ਨਾਲ ਹੋਈ, ਅਸੀਂ ਉਹਨੂੰ ਬੇਸ ਬਣਾਇਆ। ਜਿਹੜੇ ਪੰਜਾਬੀ ਦੇ ਸੋਰਸਿਸ ਨੇ ਉਹਨਾਂ ਨੂੰ ਅਸੀਂ ਯੂਜ਼ ਕੀਤਾ ਹੈ ਉਹਨੂੰ ਔਥੈਂਟੀਕੇਟ ਕਰਨ ਲਈ। ਸੋ ਇਸ ਵਾਸਤੇ ਇਹ ਨਾ ਸਮਝਿਆ ਜਾਏ ਕਿ ਇਹ ਕੋਈ ਅਸੀਂ ਪੰਜਾਬੀ ਲਿਟਰੇਚਰ ਦੇ ਥਰੂ ਹਿਸਟਰੀ ਲਿਖ ਦਿੱਤੀ ਹੈ।